ਦੇਖੋ ਜਦੋਂ ਇੱਕ ਫਿਲਮ ਬਣਦੀ ਆ ਉਹਦੇ ਵਿੱਚ ਕਰੋੜਾਂ ਰੁਪਈਏ ਲੱਗਦੇ ਆ। ਜੇ ਗੱਲ ਸੋਚਦੇ ਹਾਂ ਕਿ ਆਪਾਂ ਫਿਲਮ ਨਹੀਂ ਰਿਲੀਜ਼ ਹੋਣ ਦੇਣੀ, ਦੇਖੋ ਇਹ ਵੀ ਇੱਕ ਧੱਕਾ ਜਿਹਾ ਹੋ ਜਾਂਦਾ ਕਿਸੇ ਨਾਲ। ਇਸ ਫਿਲਮ ਨੂੰ ਰਿਲੀਜ਼ ਜ਼ਰੂਰ ਹੋਣਾ ਚਾਹੀਦਾ। ਹਿੰਦੂ ਲੀਡਰ ਤਾਂ ਬਿਲਕੁਲ ਸੇਫ ਨਹੀਂ ਹੈ, ਉਹਨਾਂ ਦੀਆਂ ਸਿਕਿਉਰਟੀਆਂ ਵੱਲ ਵੀ ਜ਼ਰਾ ਧਿਆਨ ਮਾਰੋ। ਲੋਕ ਕਹਿੰਦੇ ਕਰਦੇ ਸਿਕਿਉਰਟੀਆਂ ਲਈ ਗਲਤ ਬਿਆਨਬਾਜ਼ੀਆਂ ਕਰਤੀਆਂ। ਉੱਧਰੋਂ ਅੰਮ੍ਰਿਤ ਅਰੋੜਾ ਸਾਹਿਬ ਜਿਹੜੇ ਲੁਧਿਆਣੇ ਵਿੱਚ ਬੈਠੇ ਉਹ ਕਹਿੰਦੇ ਕਿ ਫਿਲਮ ਦੀਆਂ ਅਸੀਂ ਟਿਕਟਾਂ ਫ੍ਰੀ ਵੰਡਾਂਗੇ, ਲੋਕਾਂ ਨੂੰ ਦੇਖਣੀ ਚਾਹੀਦੀ ਹੈ। ਸਿੱਖ ਕੌਮ ਦੀ ਤਾਂ ਪਹਿਲਾਂ ਹੀ ਛਵੀ ਜਿਹੜੀ ਆ ਬਹੁਤ ਖਰਾਬ ਹੋਈ ਹੈ। ਸਾਰੇ ਲੋਕ ਉਹਨਾਂ ਨੂੰ ਅਸੀਂ ਬਾਹਰਲੀਆਂ ਸਟੇਟਾਂ 'ਚ ਚੱਲ ਜਾਈਏ, ਸਾਨੂੰ ਹੋਰ ਹੀ ਨਜ਼ਰਾਂ ਨਾਲ ਵੇਂਦੇ ਆ ਸਿੱਖ ਕੌਮ ਨੂੰ। ਜਰਨੈਲ ਸਿੰਘ ਭਿੰਡਰਾਂਵਾਲੇ ਦਾ ਗਲਤ ਕਰਦਾਰ ਦਿਖਾਇਆ ਗਿਆ, ਖਾਲਿਸਤਾਨ ਮੁੱਦੇ ਨੂੰ ਲੈ ਕੇ ਗੱਲ ਕੀਤੀ ਗਈ ਹੈ ਜੋ ਉਹਨਾਂ ਦੀ ਮੰਗ ਨਹੀਂ ਸੀ। ਮੈਂ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕੋਈ ਫੈਨ ਨਹੀਂ ਹੈਗਾ, ਪਰ ਮੈਂ ਇਹ ਨਹੀਂ ਚਾਹੁੰਦਾ ਲੋਕਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਨਾਰਾਜ਼ਗੀ, ਕੋਈ ਦੰਗੇ ਹੋਣ, ਕੁਛ ਲੋਕ ਮਰਨ। ਦੇਖੋ ਪੰਜਾਬ ਦੇ ਮਾਹੌਲ ਤਾਂ ਪਹਿਲਾਂ ਬਹੁਤ ਖਰਾਬ ਆ, ਇਸ ਵੇਲੇ ਕੋਈ ਵੀ ਬੰਦਾ ਪੰਜਾਬ 'ਚ ਸੇਫ ਨਹੀਂ ਹੈਗਾ। ਕੀ ਪਤਾ ਉਹਨੂੰ ਕਿਹੜਾ ਟੈਲੀਫੋਨ ਆ ਜਾਣਾ, ਕਿੰਨੀ ਫਰੌਤੀ ਦੀ ਡਿਮਾਂਡ ਆ ਜਾਣੀ ਆ। ਬਿਜ਼ਨਸਮੈਨ ਤਾਂ ਪਹਿਲਾਂ ਇੱਥੋਂ ਭੱਜ ਰਿਹਾ ਪੰਜਾਬ 'ਚੋਂ। ਚੱਲਦਾ ਕੀ ਹੈ ਡੇਰੇ ਦੇ ਵਿੱਚ, ਹੈ ਕੀ ਮਤਲਬ ਜਿਹੜਾ ਇੰਨਾ ਮਾਹੌਲ ਭੱਖਦਾ, ਲੋਕ ਜਾਂਦੇ ਵੀ ਆ, ਕੁਛ ਗਲਤ ਵੀ ਬੋਲਦੇ, ਕੁਛ ਹੈ ਕਿ ਡੇਰੇ 'ਚ ਅਜਿਹਾ ਜਿਹੜਾ ਲੋਕ ਇੰਨੇ ਖਿੱਚੇ ਜਾ ਰਹੇ? ਸਭ ਤੋਂ ਵੱਧ ਅਗਰ ਦੁਨੀਆ ਆਉਂਦੀ ਆ ਤਾਂ ਡੇਰੇ ਆਉਂਦੀ, ਡੇਰਾ ਬਿਆਸ। ਜਿੱਦਾਂ ਆਪਾਂ ਵੇਨੇ ਜੀ ਫਲਾਣੇ ਬਾਬੇ ਨੇ ਰੇਪ ਕਰਤਾ, ਫਲਾਣੇ ਬਾਬੇ ਨੇ ਐਂ ਕਰਤਾ, ਲੇਕਿਨ ਡੇਰੇ 'ਤੇ ਅੱਜ ਤੱਕ ਐਸੀ ਕੋਈ ਗੱਲ ਨਹੀਂ ਸੁਣੀ। ਜਾਂ ਲੋਕ ਕਹਿੰਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਅਸੀਂ ਜਾਂਦੇ, ਉੱਥੇ ਵੀ ਗੁਰਬਾਣੀ ਚੱਲਦੀ ਹੈ, ਅਤੇ ਫਿਰ ਉੱਥੇ ਜਾ ਕੇ ਵੱਖਰਾ ਕੀ ਮਿਲਦਾ? ਨਵੇਂ ਡੇਰਾ ਮੁਖੀ ਚੁਣ ਲਿਆ, ਕੁਛ ਕਹਿੰਦੇ ਨੇ ਕਿ ਨਾਮਦਾਨ ਦੇਣ ਲਈ ਚੁਣਿਆ। ਡਿਸੀਜਨ ਇਹ ਲਿਆ ਗਿਆ ਸੀ ਇੰਡੀਆ ਦੇ ਵਿੱਚ ਜਿਹੜੇ ਸਤਸੰਗ ਹੁੰਦੇ ਆ ਉਹ ਬਾਬਾ ਜੀ ਕਰਨਗੇ, ਅਤੇ ਜਿਹੜੇ ਬਾਹਰਲੇ ਸਤਸੰਗ ਆ ਉਹਨਾਂ ਲਈ ਜਿਹੜਾ ਨਵਾਂ ਮੁਖੀ ਚੁਣੇ ਗਿਆ। ਚੱਲਦਾ ਕੀ ਹੈ ਪਰ ਉੱਥੇ ਇੰਡਸਟਰੀ ਦੇ ਵਿੱਚ, ਜਦੋਂ ਤੁਸੀਂ ਬਿਗ ਬੋਸ ਦੇ ਹਾਊਸ 'ਚ ਗਏ, ਲੋਕ ਕਹਿੰਦੇ ਰਿਐਲਿਟੀ ਸ਼ੋਅ ਹੈ, ਕਿਤੇ ਨਾ ਕਿਤੇ ਉਹਨਾਂ 'ਤੇ ਵੀ ਲੋਕ ਬਲੇਮ ਲਾਉਂਦੇ, ਸਭ ਕਹਿੰਦੇ ਪਲੈਨਿੰਗ ਹੁੰਦੀ ਹੈ, ਸਭ ਕੁਝ ਚੱਲਦਾ, ਤੁਸੀਂ ਬਰੀਕੀ ਨਾਲ ਜਾਣਦੇ ਹੋ, ਦੋ ਚਾਰ ਜਿਹੜੇ ਅੱਜ ਭੇਤ ਖੋਲ ਹੀ ਦਿਓ। ਪਤਾ ਨਹੀਂ ਕਿੰਨੇ ਕੁ 300-400 ਦੇ ਕੈਮਰਾ ਕਰੀਬ ਲੱਗਾ ਹੋਇਆ ਸੀ ਉੱਥੇ, ਨੁੱਕਰ ਨੁੱਕਰ ਦੇ ਵਿੱਚ ਕੈਮਰੇ ਲੱਗੇ ਹੁੰਦੇ ਆ। ਹਾਂ ਬਿਲਕੁਲ, ਤੁਸੀਂ ਨਿੱਕੀ ਜੀ ਵੀ ਗੱਲ ਕਰਦੇ, ਮਾਈਕ ਤੋਂ ਬਗੈਰ ਵੀ ਕਰਦੇ ਜੇ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦੀ ਹੈ। ਸਿਧਾਰਥ ਨਾਲ ਬਹੁਤ ਡੂੰਘੀ ਦੋਸਤੀ ਸੀਗੀ ਜਦੋਂ ਸਿਧਾਰਥ ਗਏ ਨੇ ਦੁਨੀਆ ਤੋਂ, ਉਸ ਤੋਂ ਬਾਅਦ ਕਾਫੀ ਵਾਰ ਉਹਨੂੰ ਦੇਖਿਆ ਗਿਆ ਵੀਡੀਓ ਦੇ ਸਾਹਮਣੇ ਆਈਆਂ, ਇੱਦਾਂ ਦਾ ਲੱਗਾ ਕਿ ਜਿਵੇਂ ਸ਼ੌਕ ਦੇ ਵਿੱਚ ਨੇ। ਵੇਖੋ ਜਦੋਂ ਆਪਣਾ ਕੋਈ ਕਰੀਬੀ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਦਿਲੋਂ, ਛੱਡ ਕੇ ਚੱਲ ਜਾਂਦਾ, ਤਾਂ ਉਹਨੂੰ ਸੰਭਾਲਣ ਨੂੰ ਵੀ ਜਿਹੜਾ ਕਿ ਟਾਈਮ ਲੱਗਦਾ। ਉਹ ਹਾਲੇ ਆਪਣੇ ਆਪ ਨੂੰ ਸੰਭਾਲ ਰਹੀ ਆ, ਲੇਕਿਨ ਨਾਲ ਨਾਲ ਕੰਮ ਵੀ ਕਰ ਰਹੀ ਆ। ਇੰਡਸਟਰੀ ਨੂੰ ਲੈ ਕੇ ਇੱਕ ਜਿਹੜਾ ਵੱਡਾ ਵਿਵਾਦ ਛਿੜ ਗਿਆ ਸੀਗਾ, ਐਮਰਜੈਂਸੀ ਫਿਲਮ ਜਿਹੜੀ 1975 ਦੇ ਵਿੱਚ ਜੋ ਕੁਛ ਹੋਇਆ ਉਸ ਦੇ ਉੱਪਰ ਇੱਕ ਫਿਲਮ ਜਿਹੜੀ ਬੇਸ ਕੀਤੀ ਗਈ ਹੈ, ਜਿਸ ਨੂੰ ਜਿਹੜਾ ਨਿਭਾਇਆ ਕੰਗਨਾ ਰਨੌਤ ਨੇ, ਜਿਹੜੇ ਮੰਡੀ ਤੋਂ MP ਵੀ ਚੁਣੇ ਗਏ ਨੇ। ਇਸ ਫਿਲਮ ਦੇ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਹਰੇਕ ਵਿਅਕਤੀ ਦਾ ਜਿਹੜਾ ਆਪਣਾ ਬਿਆਨ ਸੀਗਾ, ਆਪਣੀ ਸੋਚ ਸੀਗੀ, ਲੇਕਿਨ ਇਸ ਮੁੱਦੇ ਦੇ ਉੱਪਰ ਗੱਲਬਾਤ ਕਰਨੀ ਹੈ ਸਾਡੇ ਨਾਲ ਸਪੈਸ਼ਲ ਗੈਸਟ ਮੌਜੂਦ ਨੇ, ਪੰਜਾਬ ਦੀ ਕਟਰੀਨਾ ਕੈਫ ਕਹਾਈ ਜਾਣ ਵਾਲੀ ਸ਼ਹਿਨਾਜ਼ ਗਿੱਲ, ਜਿਨ੍ਹਾਂ ਦਾ ਵੱਡਾ ਨਾਮ ਹੈ ਇੰਡਸਟਰੀ ਦੇ ਵਿੱਚ। ਹੁਣ ਉਹ ਕਿਸੇ ਵੀ, ਜੇਕਰ ਗੱਲ ਕਰੀਏ ਤਾਰੀਫ ਦੀ ਜਾਂ ਕਿਸੇ ਵੀ ਇੰਟਰੋ ਦੇ ਮੁਹਤਾਜ ਨਹੀਂ ਨੇ, ਉਹਨਾਂ ਦੇ ਫਾਦਰ ਸਾਡੇ ਨਾਲ ਮੌਜੂਦ ਨੇ, ਕਈਆਂ ਪਾਰਟੀਆਂ ਨਾਲ ਵੀ ਜੁੜੇ ਰਹੇ ਨੇ, ਸਿਆਸਤ ਨੂੰ ਬੜੀ ਬਰੀਕੀ ਨਾਲ ਸਮਝਦੇ ਨੇ। ਜੇਕਰ ਗੱਲ ਕਰੀਏ ਬੀਤੇ ਦਿਨ ਅਸੀਂ ਦੇਖਿਆ ਬਿਆਸ ਦਾ ਜਿਹੜਾ ਮੁੱਦਾ ਸੀਗਾ, ਜਿਸ ਦੇ ਵਿੱਚ ਡੇਰਾ ਮੁਖੀ ਜਿਹੜੇ ਬਦਲੇ ਜਾਣ ਦਾ ਖਬਰ ਸਾਹਮਣੇ ਆ ਰਹੀ ਸੀਗੀ, ਉਸ ਮੁੱਦੇ ਨੂੰ ਵੀ ਬੜੀ ਬਰੀਕੀ ਨਾਲ ਸਮਝਦੇ ਨੇ, ਕਿਉਂਕਿ ਡੇਰੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਨੇ। ਗੱਲਬਾਤ ਕਰ ਲੈਂਦੇ ਹਾਂ ਸੰਤੋਖ ਸਿੰਘ ਗਿੱਲ ਦੇ ਨਾਲ, ਸਵਾਗਤ ਕਰਦੇ ਹਾਂ ਜੀ ਸਿਟੀ ਏਅਰਲਾਈਨਸ 'ਤੇ। ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜੇਕਰ ਗੱਲ ਕਰਦੇ ਹਾਂ ਆਪਾਂ ਫਿਲਮ ਦੀ, ਐਮਰਜੈਂਸੀ ਦੀ, ਦੇਖੋ ਜਦੋਂ ਇੱਕ ਫਿਲਮ ਬਣਦੀ ਆ ਉਹਦੇ ਵਿੱਚ ਕਰੋੜਾਂ ਰੁਪਈਏ ਲੱਗਦੇ ਆ, ਅਤੇ ਬੜੇ ਹੀ ਇਹੋ ਜਿਹੇ ਲੋਕ ਨਾਲ ਜੁੜੇ ਹੁੰਦੇ ਆ ਜਿਹੜੇ ਕਿ ਕਰਜ਼ਾ ਚੁੱਕਿਆ ਹੁੰਦਾ, ਜਿਨ੍ਹਾਂ ਨੇ ਕਰੋੜਾਂ ਦੇ ਹਿਸਾਬ ਨਾਲ ਰੁਪਈਏ ਲੱਗੇ ਹੁੰਦੇ ਉੱਤੇ। ਜੇ ਆਪਾਂ ਜੇ ਗੱਲ ਸੋਚਦੇ ਹਾਂ ਕਿ ਆਪਾਂ ਫਿਲਮ ਨਹੀਂ ਰਿਲੀਜ਼ ਹੋਣ ਦੇਣੀ, ਦੇਖੋ ਇਹ ਵੀ ਇੱਕ ਧੱਕਾ ਜਿਹਾ ਹੋ ਜਾਂਦਾ ਕਿਸੇ ਨਾਲ।
ਹਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਉਹ ਵੀ ਗਲਤ ਆ। ਇਸ ਫਿਲਮ ਨੂੰ ਰਿਲੀਜ਼ ਜ਼ਰੂਰ ਹੋਣਾ ਚਾਹੀਦਾ, ਪਰ ਰਿਲੀਜ਼ ਇਸ ਹਿਸਾਬ ਨਾਲ ਹੋਣਾ ਚਾਹੀਦਾ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਦੇਖੋ ਸਿੱਖ ਅਤੇ ਹਿੰਦੂ ਜਿਹੜੀ ਕੌਮ ਆ, ਇਹਨਾਂ ਦਾ 9 ਮਾਸ ਦਾ ਰਿਸ਼ਤਾ। ਮੈਂ ਜਿਹੜੇ ਹਿੰਦੂ ਲੀਡਰ ਵੀ ਆ ਜਿਹੜੇ ਬਿਆਨ ਦੇ ਰਹੇ ਆ ਕਿ ਨਹੀਂ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜੀ, ਇਹਦੇ ਵਿੱਚ ਕੋਈ ਕੱਟ ਵੱਢ ਨਹੀਂ ਹੋਣੀ ਚਾਹੀਦੀ, ਇਹ ਵੀ ਗਲਤ ਆ। ਦੇਖੋ ਕਿਸੇ ਧਰਮ ਨੂੰ ਬਦਨਾਮ ਕਰਨਾ ਜਾਂ ਉਹਨੂੰ ਇਸ ਤਰ੍ਹਾਂ ਦਰਸਾਉਣਾ, ਕਿਉਂਕਿ ਸਾਡੀ ਜਿਹੜੀ ਆ ਸਿੱਖ ਕੌਮ ਦੀ ਤਾਂ ਪਹਿਲਾਂ ਹੀ ਛਵੀ ਜਿਹੜੀ ਆ ਬਹੁਤ ਖਰਾਬ ਹੋਈ ਆ। ਸਾਰੇ ਲੋਕ ਉਹਨਾਂ ਨੂੰ, ਅਸੀਂ ਬਾਹਰਲੀਆਂ ਸਟੇਟਾਂ 'ਚ ਚੱਲ ਜਾਈਏ, ਉਹ ਸਾਨੂੰ ਹੋਰ ਹੀ ਨਜ਼ਰਾਂ ਨਾਲ ਵੇਂਦੇ ਆ ਸਿੱਖ ਕੌਮ ਨੂੰ। ਦੇਖੋ ਫਿਲਮ ਤਾਂ ਜ਼ਰੂਰ ਰਿਲੀਜ਼ ਹੋਣੀ ਚਾਹੀਦੀ ਆ, ਕਿਉਂਕਿ ਕਿਸ ਦਾ ਇਹਦੇ 'ਚ ਨੁਕਸਾਨ ਹੁੰਦਾ, ਇਹ ਵੀ ਚੰਗੀ ਗੱਲ ਨਹੀਂ ਆ। ਲੇਕਿਨ ਉਹਨੂੰ ਇਸ ਤਰ੍ਹਾਂ ਰਿਲੀਜ਼ ਹੋਣੀ ਚਾਹੀਦੀ ਆ ਕਿ ਉਹਦੇ ਵਿੱਚ ਜਿਹੜਾ ਸੈਂਸਰ ਬੋਰਡ ਵੱਲੋਂ ਕੁਛ ਜਿਹੜੇ ਸੀਨ ਆ ਜਿਹੜੇ ਕੱਟਣ ਦੀ ਗੱਲ ਕੀਤੀ ਗਈ ਆ, ਉਹ ਜ਼ਰੂਰ 3 ਸੀਨ ਜਿਹੜੇ ਹੈਗੇ ਆ ਉਹ ਪੂਰਨ ਤੌਰ 'ਤੇ ਕੱਟੇ ਜਾਣ, 10 ਸੀਨਾਂ ਦੇ ਵਿੱਚ ਬਦਲਾਵ ਕਰਨ ਨੂੰ ਕਿਹਾ ਗਿਆ, ਉਸ ਤੋਂ ਬਾਅਦ ਸਰਟੀਫਿਕੇਟ ਕਹਿੰਦੇ ਜਾਰੀ ਕਰਾਂਗੇ, ਹੁਣ ਫਿਲਮ ਰਿਲੀਜ਼ ਕਹਿੰਦੇ ਜਲਦੀ ਹੋਵੇਗੀ। ਪਰ ਲੋਕਾਂ ਦੇ ਜਦੋਂ ਗੱਲ ਕਰਦੇ ਹਾਂ ਉਹਨਾਂ ਦੇ ਆਪਣੇ ਬਿਆਨ ਸਾਹਮਣੇ ਆਏ, ਕੁਛ ਲੋਕਾਂ ਨੇ ਕਿਹਾ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਗਲਤ ਕਰਦਾਰ ਦਿਖਾਇਆ ਗਿਆ, ਖਾਲਿਸਤਾਨ ਮੁੱਦੇ ਨੂੰ ਲੈ ਕੇ ਗੱਲ ਕੀਤੀ ਗਈ ਹੈ ਜੋ ਉਹਨਾਂ ਦੀ ਮੰਗ ਨਹੀਂ ਸੀ। ਜਦੋਂ ਅਜਿਹੇ ਮੁੱਦੇ ਜਿਹੜੇ ਫਿਲਮ ਦੇ ਵਿੱਚ ਕਵਰ ਕੀਤੇ ਜਾਂਦੇ ਆ, ਲੱਗਦਾ ਨਹੀਂ ਹੈ ਇਹ ਜਿਹੜਾ ਮਾਹੌਲ ਹੈ ਭੱਖਦਾ ਜਾਏਗਾ, ਫਿਰ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ। ਦੇਖੋ ਪੰਜਾਬ ਦੇ ਮਾਹੌਲ ਤਾਂ ਪਹਿਲਾਂ ਹੀ ਬਹੁਤ ਖਰਾਬ ਆ, ਇਸ ਵੇਲੇ ਕੋਈ ਵੀ ਬੰਦਾ ਪੰਜਾਬ 'ਚ ਸੇਫ ਨਹੀਂ ਹੈਗਾ, ਖਾਸ ਕਰ ਇੱਕ ਬਿਜ਼ਨਸਮੈਨ। ਜੇ ਕੋਈ ਬਿਜ਼ਨਸਮੈਨ ਦੀ ਗੱਲ ਕਰੀਏ ਜਿਹਦਾ ਕੋਈ ਵਧੀਆ ਬਿਜ਼ਨਸ ਆ, ਉਹ ਤਾਂ ਬਿਲਕੁਲ ਹੀ ਸੇਫ ਨਹੀਂ ਹੈਗਾ। ਉਹ ਅਗਰ ਕੋਈ ਆਪਣੀ ਸ਼ੌਪ 'ਤੇ ਜਾਂ ਦੁਕਾਨਦਾਰ ਆ ਕੋਈ ਵੀ ਬਿਜ਼ਨਸ 'ਤੇ ਜਾਂਦਾ ਵਾ, ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਘਰ ਵਾਪਸ ਸੇਫ ਹੋਣਾ ਕਿ ਨਹੀਂ ਆਉਣਾ, ਕੀ ਪਤਾ ਉਹਨੂੰ ਕਿਹੜਾ ਟੈਲੀਫੋਨ ਆ ਜਾਣਾ, ਕਿੰਨੀ ਫਰੋਤੀ ਦੀ ਡਿਮਾਂਡ ਆ ਜਾਣੀ ਆ। ਬਿਜ਼ਨਸਮੈਨ ਤਾਂ ਪਹਿਲਾਂ ਇੱਥੋਂ ਭੱਜ ਰਿਹਾ ਪੰਜਾਬ 'ਚੋਂ, ਕੋਈ ਵੀ ਬੰਦਾ ਇੱਕ ਵੀ ਕੋਈ ਲਾ ਲਓ ਬਿਜ਼ਨਸਮੈਨ ਲਾ ਲਓ ਜਾਂ ਇੱਕ ਆਮ ਬੰਦਾ ਲਾ ਲਓ, ਕੋਈ ਵੀ ਸੇਫ ਨਹੀਂ ਹੈ। ਕੋਈ ਵੀ ਅਗਰ ਦਿਹਾੜੀਦਾਰ ਬੰਦੇ ਕੋਈ ਰਸਤੇ 'ਚ ਪੈਸੇ ਖੋ ਸਕਦਾ ਤਾਂ ਬਿਜ਼ਨਸਮੈਨ ਕੋਲ ਕਿਉਂ ਨਹੀਂ ਖੋ ਸਕਦਾ? ਦਾਅਵੇ ਕਿੱਥੇ ਜਾਂਦੇ ਆ ਜਿਹੜੇ ਸਰਕਾਰਾਂ ਨੇ ਕੀਤੇ ਸੀਗੇ? ਭਗਵੰਤ ਮਾਨ ਸਾਹਿਬ ਹੁਣ ਪੰਜਾਬ ਦੇ ਮੌਜੂਦਾ ਸੀਐਮ ਨੇ, ਉਹਨਾਂ ਨੇ ਸਰਕਾਰ 'ਚ ਆਉਣ ਤੋਂ ਪਹਿਲਾਂ ਕਿਹਾ ਸੀਗਾ ਪੰਜਾਬ ਦਾ ਮਾਹੌਲ ਬਦਲ ਦਾਂਗੇ, ਨੰਗਲਾ ਪੰਜਾਬ ਬਣਾਵਾਂਗੇ, ਵੀਆਈਪੀ ਕਲਚਰ ਨਹੀਂ ਲਵਾਂਗੇ, ਅਜਿਹਾ ਜਿਹੜਾ ਪੰਜਾਬ ਦਾ ਮਾਹੌਲ ਸਿਰਜ ਦੇਵਾਂਗੇ ਕਿ ਦੁਕਾਨਦਾਰ ਸੇਫ ਹੋਣਗੇ, ਦਫ਼ਤਰਾਂ 'ਚ ਨਹੀਂ ਜਾਣਾ ਪਏਗਾ, ਲੋਕ ਘਰ 'ਚ ਆ ਕੇ ਤੁਹਾਡੇ ਕੋਲ ਕਹਿਣਗੇ ਦੱਸੋ ਕਿਸ ਚੀਜ਼ ਦੀ ਲੋੜ ਹੈ, ਫਿਰ ਉਹ ਗੱਲਾਂ ਕਿੱਥੇ ਗਈਆਂ? ਦੇਖੋ ਇਹ ਜਦੋਂ ਸਰਕਾਰ ਇਹਨਾਂ ਨੇ ਬਣਾਉਣੀ ਸੀ, ਇਹ ਵੀ ਗੱਲ ਹੋਈ ਸੀ ਕਿਸੇ ਉਹ ਆਪਣੀ ਗਾਇਕ ਆ ਜਿਹੜੀ ਇਸ ਵੇਲੇ MLA ਆ ਕਿ ਮੰਤਰੀ ਆ, ਉਹਨੇ ਇਹ ਵੀ ਕਿਹਾ ਸੀ ਕਿ 5 ਮਿੰਟ 'ਚ MSP ਦੇਵਾਂਗੇ, ਹੈ ਨਾ? ਉਹ ਵੀ ਇੱਕ ਐਂ ਗਿਆ 5 ਮਿੰਟ 'ਚ ਅਸੀਂ MSP ਦੇਵਾਂਗੇ, ਉਹ ਹੁਣ ਕਿੱਧਰ ਗਿਆ ਵਾਦੇ? ਉਹ ਵਾਦੇ ਤਾਂ ਇਹ ਸਾਡਾ ਮੁੱਦਾ ਹੀ ਨਹੀਂ ਹੈਗਾ, ਸੈਂਟਰ ਦਾ ਮੁੱਦਾ। ਅਤੇ ਪਹਿਲਾਂ ਮੁੱਦੇ ਕਿਉਂ ਬਣਾਏ ਸੀ ਇਹਨਾਂ ਨੇ? ਵੋਟਾਂ ਲੈਣ ਵੇਲੇ ਇਹਨਾਂ ਨੇ ਇਹ ਮੁੱਦੇ ਬਣਾਏ, ਬਾਅਦ 'ਚ ਇਹ ਕਹਿੰਦੇ ਜੀ ਸਾਡਾ ਮੁੱਦਾ ਹੀ ਹੈ ਨਹੀਂ। ਇਹ ਗੱਲ ਇਹ ਆ ਨਾ ਕਿ ਜਦੋਂ ਤੁਹਾਨੂੰ ਅੱਖਾਂ ਬੰਦ ਕਰਕੇ ਲੋਕਾਂ ਨੇ ਅੰਨਾ ਵਿਸ਼ਵਾਸ ਕਰਕੇ ਇਹਨਾਂ ਦੀ ਸਰਕਾਰ ਬਣਾਈ, ਹੁਣ ਉਹੀ ਲੋਕ ਜਿਹੜੇ ਆ ਪਛਤਾ ਰਹੇ ਆ ਕਿ ਅਸੀਂ ਸਰਕਾਰ ਕਿਉਂ ਬਣਾਈ। ਇਹ ਤਾਂ ਮਾਨ ਸਾਹਿਬ ਨੂੰ ਚਾਹੀਦਾ ਕਿ ਥੋੜ੍ਹਾ ਜਿਹਾ ਆਪਣਾ ਹਿਸਾਬ ਕਿਤਾਬ ਲਾ ਕੇ ਇਹਨੂੰ ਸਹੀ ਕਰਨ। ਦੇਖੋ ਹਾਲੇ ਵੀ ਇਹਨਾਂ ਕੋਲ ਸਮਾਂ ਹੈਗਾ, ਅੱਧਾ ਸਮਾਂ ਹੈਗਾ, ਹਾਲੇ ਵੀ ਚਾਹੁਣ ਤਾਂ ਬੜਾ ਕੁਛ ਕਰ ਸਕਦੇ ਆ। ਲੇਕਿਨ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਆ, ਮੈਂ ਨਹੀਂ ਸਮਝਦਾ ਕਿ ਕੋਈ ਵੀ ਇੱਥੇ ਸੁਰੱਖਿਅਤ ਆ, ਖਾਸ ਕਰ ਜੋ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਆ ਬੰਦੇ, ਕੋਈ ਵੀ ਲੀਡਰ ਲਾ ਲਓ, ਉਹ ਤਾਂ ਬਿਲਕੁਲ ਨਹੀਂ ਸੇਫ ਇੱਥੇ। ਜਿਹੜੀ ਤੁਸੀਂ ਐਮਰਜੈਂਸੀ ਦੀ ਗੱਲ ਕੀਤੀ ਆ ਫਿਲਮ ਦੀ, ਮੈਂ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਕੋਈ ਫੈਨ ਨਹੀਂ ਹੈਗਾ, ਪਰ ਮੈਂ ਇਹ ਨਹੀਂ ਚਾਹੁੰਦਾ ਕਿ ਲੋਕਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਨਾਰਾਜ਼ਗੀ, ਕੋਈ ਦੰਗੇ ਹੋਣ, ਕੁਛ ਲੋਕ ਮਰਨ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਦੇਖੋ ਜਥੇਬੰਦੀਆਂ ਨੂੰ ਬਣਾਉਣਾ ਚਾਹੀਦਾ, ਇਕੱਠੀਆਂ ਕਰਕੇ ਇਹਨਾਂ ਨੂੰ ਬਣਾਉਣਾ ਚਾਹੀਦਾ। ਜਿਹੜੇ ਸੀਨ ਇਹਨਾਂ ਨੂੰ ਨਹੀਂ ਚੰਗੇ ਲੱਗਦੇ, ਜਿਹੜੇ ਕਿ ਲੱਗਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਗੇ, ਉਹ ਕੱਟ ਕੇ ਫਿਰ ਫਿਲਮ ਰਿਲੀਜ਼ ਕਰਨੀ ਚਾਹੀਦੀ। ਹਿੰਦੂ ਜਥੇਬੰਦੀਆਂ ਜ਼ਿਆਦਾਤਰ ਬਿਆਨ ਦੇ ਰਹੀਆਂ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ, ਉਧਰੋਂ ਅਮਿਤ ਅਰੋੜਾ ਸਾਹਿਬ ਜਿਹੜੇ ਲੁਧਿਆਣੇ ਵਿੱਚ ਬੈਠੇ ਉਹ ਕਹਿੰਦੇ ਕਿ ਫਿਲਮ ਦੀਆਂ ਅਸੀਂ ਟਿਕਟਾਂ ਫ੍ਰੀ ਵੰਡਾਂਗੇ, ਲੋਕਾਂ ਨੂੰ ਦੇਖਣੀ ਚਾਹੀਦੀ ਹੈ, ਸਾਡੀ ਸ਼ੇਰਨੀ ਦੀ ਫਿਲਮ ਹੈ।
ਤੁਸੀਂ ਵੀ ਇੱਕ ਹਿੰਦੂ ਜਥੇਬੰਦੀ ਨਾਲ ਜਿਹੜਾ ਸੰਬੰਧ ਰੱਖਦੇ ਹੋ? ਦੇਖੋ, ਮੈਂ ਹਿੰਦੂ ਜਥੇਬੰਦੀ ਦਾ ਲੀਡਰ ਜ਼ਰੂਰ ਹਾਂ, ਲੇਕਿਨ ਮੈਂ ਇਹ ਨਹੀਂ ਚਾਹੁੰਦਾ ਕਿ ਪੰਜਾਬ ਦੇ ਜਿਹੜੇ ਹਾਲਾਤ ਇਸ ਤਰ੍ਹਾਂ ਵਿਗੜ ਜਾਣ ਕਿ ਉਹਨਾਂ ਨੂੰ ਸੰਭਾਲਣਾ ਔਖਾ ਹੋ ਜੇ। ਹੈ ਤਾਂ ਹੁਣ ਵੀ ਖਰਾਬ ਆ, ਲੇਕਿਨ ਕੁਛ ਛੋਟੀ ਜਿਹੀ ਗੱਲ ਤੋਂ, ਇੱਕ ਫਿਲਮ ਦੀ ਵਜ੍ਹਾ ਨਾਲ ਮੈਂ ਨਹੀਂ ਚਾਹੁੰਦਾ ਕਿ ਇੱਥੇ ਪੰਜਾਬ ਦੇ ਹਾਲਾਤ ਜਿਹੜੇ ਇਸ ਤਰ੍ਹਾਂ ਵਿਗੜ ਜਾਣ ਕਿ ਪ੍ਰਸ਼ਾਸਨ ਕੋਲ ਵੀ ਇਹ ਨਾ ਕੁਛ ਸਾਂਭਿਆ ਜਾਵੇ। ਬਿਲਕੁਲ, ਇਹਨਾਂ ਨੂੰ ਦੇਖੋ ਜਿਹੜੇ ਬਿਆਨਬਾਜ਼ੀ ਕਰਦੇ ਆ ਉਹਨਾਂ ਨੂੰ ਸੋਚ ਸਮਝ ਕੇ ਬਿਆਨਬਾਜ਼ੀ ਕਰਨੀ ਚਾਹੀਦੀ ਆ। ਦੇਖੋ, ਹਿੰਦੂ ਸਿੱਖ ਦਾ 9 ਮਾਸ ਦਾ ਰਿਸ਼ਤਾ, ਮੈਂ ਦੁਬਾਰਾ ਕਹਿ ਰਿਹਾ, ਇਹਨੂੰ ਕੁਛ ਲੋਕ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹਨੂੰ ਨਾ ਖਰਾਬ ਕੀਤਾ ਜਾਵੇ। ਦੋਵੇਂ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਫਿਲਮ ਵੀ ਰਿਲੀਜ਼ ਹੋ ਜਾਵੇ ਜਿਹੜਾ ਉਹਨਾਂ ਦਾ ਨੁਕਸਾਨ ਨਾ ਹੋਵੇ, ਅਤੇ ਜਿਹੜੀਆਂ ਸਿੱਖ ਜਥੇਬੰਦੀਆਂ ਵਾ ਉਹ ਵੀ ਕੋਆਪਰੇਟ ਕਰਨ, ਕੁਛ ਸੀਨ ਕੱਟ ਦਿੱਤੇ ਜਾਣ ਜਿਹੜੇ ਨਹੀਂ ਉਹਨਾਂ ਨੂੰ ਚੰਗੇ ਲੱਗਦੇ। ਮਤਲਬ ਲੱਗਦਾ ਨਹੀਂ ਇਹ ਕੰਗਣਾ ਜਿਸ ਤਰੀਕੇ ਦੇ ਬਿਆਨਬਾਜ਼ੀਆਂ ਕਰਦੇ ਨੇ, ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਖਰਾਬ ਹੁੰਦਾ? ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ, ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੇ ਉੱਥੇ ਬੈਠੇ ਆ ਪੈਸੇ ਲੈ ਕੇ ਬੈਠੇ ਆ ਧਰਨਿਆਂ ਦੇ ਉੱਪਰ, ਕਿਤੇ ਨਾ ਕਿਤੇ ਅਸੀਂ ਜਾਣ ਕੇ ਅਜਿਹੇ ਬਿਆਨ ਦਿੰਦੇ ਹਾਂ ਕਿ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਅਤੇ ਫਿਰ ਅਸੀਂ ਜਦੋਂ ਅਜਿਹੀਆਂ ਫਿਲਮਾਂ ਵੀ ਬਣਾਉਂਦੇ ਹਾਂ ਲੋਕ ਫਿਰ ਵਿਰੋਧ ਕਰਦੇ ਆ, ਕਿ ਫਿਰ ਉਹ ਕਿਤੇ ਨਾ ਕਿਤੇ ਸਹੀ ਨਹੀਂ ਹੈ। ਨਹੀਂ, ਬਿਲਕੁਲ ਗਲਤ ਆ। ਜਿਹੜੇ ਇੱਕਦਮ ਜਿਹੜੇ ਬਿਆਨਬਾਜ਼ੀ ਕਰਨੀ ਕਿ 100-100 ਰੁਪਈਆ ਲੈ ਕੇ ਦਿਹਾੜੀਆਂ 'ਤੇ ਬਾਏ ਆ, ਉਹ ਵੀ ਇੱਕ ਗਲਤ ਗੱਲ ਆ। ਐਡੀ ਛੇਤੀ ਡਿਸੀਜਨ ਨਹੀਂ ਲੈਣਾ ਚਾਹੀਦਾ। ਦੇਖੋ, ਜਿਹੜੀ ਉਹਨੇ ਗੱਲ ਕੀਤੀ ਸੀ, ਮੈਂ ਬਿਲਕੁਲ ਉਹਦਾ ਵਿਰੋਧ ਕਰਦਾ, ਉਹ ਗੱਲ ਨਹੀਂ ਸੀ ਸਹੀ, ਲੇਕਿਨ ਮੈਨੂੰ ਲੱਗਦਾ ਸੀ ਕਿ ਕੰਗਣਾ ਰਣੌਤ ਨੂੰ ਇਸ ਗੱਲ 'ਤੇ ਮਾਫ਼ੀ ਮੰਗਣੀ ਚਾਹੀਦੀ ਸੀ, ਲੇਕਿਨ ਉਹ ਮੁੱਦਾ ਜਿਹੜਾ ਇਸ ਤਰ੍ਹਾਂ ਪੱਕ ਚੁੱਕਾ ਸੀ ਕਿ ਇੱਕ ਅੱਗ ਲਾਉਣ ਵਾਲੀ ਗੱਲ ਹੋ ਗਈ ਸੀ ਪੰਜਾਬ ਦੇ ਵਿੱਚ। ਪਰ ਬੀਜੇਪੀ ਨੇ ਟਿਕਟ ਦਿੱਤੀ ਹੈ, ਹੈ ਨਾ? ਹੁਣ ਕਈ ਜਣੇ ਜਿਹੜੇ ਪਾਰਟੀ ਦੇ ਵਿੱਚੋਂ ਵਿਰੋਧ ਕਰੀ ਜਾ ਰਹੇ, ਕਹਿੰਦੇ ਇਹਨਾਂ ਦੇ ਬਿਆਨਾਂ ਦਾ ਅਸੀਂ ਸਮਰਥਨ ਨਹੀਂ ਕਰਦੇ, ਦੂਜੇ ਪਾਸੇ ਮੰਡੀ ਤੋਂ MP ਬਣੇ ਹੋਏ ਨੇ, ਫਿਰ ਪਾਰਟੀ ਦੇ ਵਿੱਚ ਆਪਦੇ ਲੱਗਦਾ ਨਹੀਂ ਕਿਤੇ ਆਪਸ 'ਚ ਸੰਬੰਧ ਨਾ ਖਰਾਬ ਕਰਾ ਦੇਣ, ਕਿਤੇ ਪਾਰਟੀ ਕਿਤੇ ਕਿਨਾਰਾ ਨਾ ਕਰਦੇ ਕਿ ਤੁਸੀਂ ਸਾਡੀ ਪਾਰਟੀ ਦਾ ਸਹੀ ਨਹੀਂ? ਬਿਲਕੁਲ ਜੀ, ਉਹ ਤਾਂ ਹੁਣ ਇਸ ਵੇਲੇ ਵੀ ਇਸ ਵਾਰੀ ਵੀ ਇਹਨਾਂ ਨੂੰ ਹੁਣ MP ਦੀਆਂ ਇਲੈਕਸ਼ਨਾਂ ਦੇ ਵਿੱਚ ਪਤਾ ਲੱਗ ਹੀ ਗਿਆ ਕਿ ਦੇਖੋ ਬਹੁਮਤ ਸਰਕਾਰ ਆ, ਇੱਕ ਲੰਗੜੀ ਸਰਕਾਰ ਆ। ਪਹਿਲਾਂ ਇਹਨਾਂ ਦਾ ਆਪਣੇ ਹੀ ਬਹੁਤ ਜ਼ਿਆਦਾ ਸੀ, ਬਹੁਮਤ ਸੀ ਇਹਨਾਂ ਨੂੰ, ਲੇਕਿਨ ਹੁਣ ਤਾਂ ਇੱਕ ਲਾ ਲਓ ਕਿ ਇੱਕ ਲੰਗੜੀ ਸਰਕਾਰ ਆ, ਪਤਾ ਨਹੀਂ ਕਿਹੜੇ ਵੇਲੇ ਡੇ ਪੈਣੀ ਆ। ਇਹਦਾ ਅਸਰ ਹੋਇਆ, ਇਸ ਚੀਜ਼ ਦਾ ਅਸਰ ਹੋਇਆ ਇਸ ਦੇਖੋ ਇਸ ਗੱਲ ਦਾ। ਤਾਂ ਹੁਣ ਸਰਕਾਰ ਨੂੰ, BJP ਨੂੰ ਆਪ ਚਾਹੀਦਾ ਕਿ ਥੋੜ੍ਹਾ ਜਿਹਾ ਆਪਣੇ ਸਰਕਾਰ ਨੂੰ ਵੀ ਥੋੜ੍ਹਾ ਜਿਹਾ ਸੰਭਾਲੇ। ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਜਿਹੜੇ ਬੰਦੇ ਕਰਦੇ ਆ ਉਹਨਾਂ ਨੂੰ ਸਾਈਡ 'ਤੇ ਕਰ ਦੇਣਾ ਚਾਹੀਦਾ, ਨਾ ਕਿ ਉਹਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਆ। ਤੁਸੀਂ ਇੰਡਸਟਰੀ ਨੂੰ ਬਹੁਤ ਬਿਹਤਰ ਤਰੀਕੇ ਨਾਲ ਦੇਖਿਆ ਹੈ ਨਾ, ਬਿਗ ਬੋਸ ਹਾਊਸ ਦੇ ਵਿੱਚ ਵਿਜ਼ਿਟ ਕਰਕੇ ਆਏ ਸੀਗੇ, ਤੁਹਾਡੀ ਡਾਟਰ ਇਸ ਵਕਤ ਮੰਨਿਆ ਪਰਮੰਨਿਆ ਚਿਹਰਾ ਮੰਨੇ ਜਾਂਦੇ ਇੰਡਸਟਰੀ ਦਾ, ਮਾਹੌਲ ਕੀ ਇਸ ਵਕਤ ਇੰਡਸਟਰੀ ਦੇ ਵਿੱਚ ਜੋ ਚੱਲਦਾ? ਇਹ ਕਿਤੇ ਨਾ ਕਿਤੇ ਜਦੋਂ ਡਾਇਰੈਕਟਰ ਜਾਂ ਪ੍ਰੋਡਕਸ਼ਨ ਹਾਊਸ ਜਦੋਂ ਇਹੋ ਜਿਹੀਆਂ ਫਿਲਮਾਂ ਬਣਾਉਂਦੇ ਨੇ, ਸੱਜਦੇ ਨੇ, ਕਿ ਇਹਨਾਂ ਪਿੱਛੇ ਕੋਈ ਏਜੰਸੀ ਤਾਂ ਨਹੀਂ ਹੁੰਦੀ ਜਿਹੜੀ ਕੰਮ ਕਰਦੀ ਹੈ, ਜਿਹੜਾ ਉਹਨਾਂ ਨੂੰ ਇਨਫਲੂਐਂਸ ਕਰਦੀ ਹੈ ਕਿ ਅਜਿਹੀਆਂ ਫਿਲਮਾਂ ਬਣਾਈਆਂ ਜਾਣ? ਮੇਰੇ ਖਿਆਲ ਨਾਲ ਨਹੀਂ, ਐਸੀ ਕੋਈ ਗੱਲ ਨਹੀਂ ਹੈ। ਦੇਖੋ, ਇਹਦੇ ਵਿੱਚ ਕੀ ਹੁੰਦਾ ਕਿ ਇਹਦੇ ਇੱਕ ਸਕ੍ਰਿਪਟ ਹੁੰਦੀ ਆ, ਹੀਰੋ ਨੂੰ ਚੰਗੀ ਲੱਗਦੀ ਆ, ਹੀਰੋਇਨ ਨੂੰ ਚੰਗੀ ਲੱਗਦੀ ਆ, ਉਹ ਤਾਂ ਪਹਿਲਾਂ ਸਕ੍ਰਿਪਟ ਜਿਹੜੀ ਆ ਉਹ ਪੜ੍ਹ ਕੇ ਸੁਣਾਈ ਜਾਂਦੀ ਆ, ਅਗਰ ਤੁਹਾਨੂੰ ਚੰਗੀ ਲੱਗਦੀ ਆ ਤਾਂ ਫਿਰ ਹੀ ਆਪਾਂ ਫਿਲਮ ਸਾਈਨ ਕਰਦੇ ਹਾਂ। ਵੈਸੇ ਆਪਾਂ ਕੋਈ ਜ਼ਬਰਦਸਤੀ ਕੋਈ ਕਿਸੇ ਦਾ ਨਹੀਂ ਕਰਦਾ, ਜਿਹੜੀਆਂ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਫਿਲਮਾਂ ਬਣਾਉਂਦੇ ਆ ਉਹ ਤਾਂ ਫਿਰ ਇੱਕ ਮਾਹੌਲ ਖਰਾਬ ਕਰਨ ਵਾਲੀ ਗੱਲ ਆ। ਚੱਲਦਾ ਕੀ ਆ ਪਰ ਉੱਥੇ ਇੰਡਸਟਰੀ ਦੇ ਵਿੱਚ, ਜਦੋਂ ਤੁਸੀਂ ਬਿਗ ਬੋਸ ਦੇ ਹਾਊਸ 'ਚ ਗਏ, ਲੋਕ ਕਹਿੰਦੇ ਰਿਐਲਿਟੀ ਸ਼ੋਅ ਹੈ, ਕਿਤੇ ਨਾ ਕਿਤੇ ਉਹਨਾਂ 'ਤੇ ਵੀ ਲੋਕ ਬਲੇਮ ਲਾਉਂਦੇ, ਸਭ ਕਹਿੰਦੇ ਪਲੈਨਿੰਗ ਹੁੰਦੀ ਹੈ, ਸਭ ਕੁਝ ਚੱਲਦਾ, ਤੁਸੀਂ ਬਰੀਕੀ ਨਾਲ ਜਾਣਦੇ ਹੋ, 2-4 ਜਿਹੜੇ ਅੱਜ ਭੇਤ ਖੋਲ ਹੀ ਦਿਓ। ਨਹੀਂ, ਐਸੀ ਕੋਈ ਗੱਲ ਨਹੀਂ ਆ। ਦੇਖੋ, ਇੱਕ ਤੁਸੀਂ ਬੰਦੇ ਨੂੰ 10-15 ਬੰਦਿਆਂ ਨੂੰ ਹੈ ਨਾ ਇਕੱਲਿਆਂ ਬੰਦ ਕਰ ਦਿਓ 2-3 ਮਹੀਨਿਆਂ ਲਈ, ਨਾ ਤਾਂ ਉਹਦੇ ਕੋਲ ਟੈਲੀਫੋਨ ਹੋਵੇ, ਨਾ ਉਹਦੇ ਕੋਲ TV ਹੋਵੇ, ਕੋਈ ਵੀ ਐਸੀ ਚੀਜ਼ ਨਾ ਹੋਵੇ ਕਿ ਜਿਹੜੀ ਆਪਾਂ ਨੂੰ ਬਾਹਰਲੇ ਜੋ ਬਾਹਰ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਕੋਈ ਨਾ ਹੋਵੇ। ਇੱਕ ਇਕੱਲੇ ਬੰਦੇ ਨੂੰ ਬੰਦ ਕਰਨ ਵਾਲੀ ਗੱਲ ਹੋ ਜਾਂਦੀ ਆ, ਉਹ ਤਾਂ ਇੱਕ ਰਿਐਲਿਟੀ ਸ਼ੋਅ, ਇਹਨੂੰ ਇਸੇ ਲਈ ਕਿਹਾ ਜਾਂਦਾ ਕਿ ਉਹ ਤੁਹਾਡੇ ਅੰਦਰ ਕੀ ਆ ਉਹ ਪਤਾ ਕਰਦੇ ਆ। ਦੇਖੋ, ਉੱਥੇ ਕੋਈ ਪਤਾ ਨਹੀਂ ਕਿੰਨੇ ਕੁ 300-400 ਦੇ ਕੈਮਰਾ ਕਰੀਬ ਲੱਗਾ ਹੋਇਆ ਸੀ, ਉੱਥੇ ਨੁੱਕਰ ਦੇ ਵਿੱਚ ਕੈਮਰੇ ਲੱਗੇ ਹੁੰਦੇ ਆ। ਹਾਂ ਬਿਲਕੁਲ, ਤੁਸੀਂ ਨਿੱਕੀ ਜਿਹੀ ਵੀ ਗੱਲ ਕਰਦੇ, ਮਾਈਕ ਤੋਂ ਬਗੈਰ ਵੀ ਕਰਦੇ ਜੇ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦੀ ਆ। ਉਹ ਇਸ ਤਰ੍ਹਾਂ ਹੁੰਦਾ ਕਿ ਉਹ ਰਿਐਲਿਟੀ ਸ਼ੋਅ ਇਸ ਤਰ੍ਹਾਂ ਬਣਾਇਆ ਗਿਆ
ਕਿ ਉਹਦੇ ਵਿੱਚ ਅਸਲੀਅਤ ਕੀ ਆ, ਬੰਦਾ ਅਸਲੀਅਤ 'ਚ ਕੀ ਆ। ਉਹ ਕਈ ਲੋਕ ਜਿਹੜੇ ਆ ਹੁਣ 2-3 ਮਹੀਨੇ ਰਹਿ ਕੇ ਉਹ ਇੰਨੇ ਕੁ ਹੋ ਜਾਂਦੇ ਆ ਕਿ ਉਹ ਆਪਣੇ ਆਪ ਉਹਨਾਂ ਨੂੰ ਗੁੱਸਾ ਚੜ੍ਹਦਾ, ਫਿਰ ਉਹਨਾਂ ਦੀ ਸੱਚਾਈ ਬਾਹਰ ਨਿਕਲਦੀ ਆ। ਉਹ ਇਹੀ ਸ਼ੋਅ ਆ। ਅੱਛਾ, ਬਿਲਕੁਲ ਇੱਦਾਂ ਦਾ ਕੁਛ ਨਹੀਂ ਆ ਕਿ ਉਹਦੇ ਵਿੱਚ ਸਕ੍ਰਿਪਟ ਲਿਖ ਕੇ ਦਿੱਤੀ ਜਾਂਦੀ ਆ ਜਾਂ ਇੱਦਾਂ ਦਾ ਕੁਛ, ਇੱਦਾਂ ਦਾ ਬਿਲਕੁਲ ਕੁਛ ਨਹੀਂ ਹੈਗਾ। ਉਹ ਇੱਕ ਰਿਐਲਿਟੀ ਸ਼ੋਅ ਆ ਅਤੇ ਬਿਲਕੁਲ ਜੋ ਕਹਿੰਦੇ ਆ ਮੈਂ ਵੇਖ ਕੇ ਆਇਆ, ਬਿਲਕੁਲ ਸਹੀ ਆ। ਕਿਉਂਕਿ ਜਦੋਂ ਮੈਂ ਅੰਦਰ ਗਿਆ ਸੀ ਮੈਨੂੰ ਉਹਨਾਂ ਨੇ ਕੋਈ ਐਸੀ ਸਕ੍ਰਿਪਟ ਨਹੀਂ ਸੀ ਦਿੱਤੀ ਕਿ ਜੋ ਸੀ ਹੀ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਕੀ ਬੋਲਣਾ ਉੱਥੇ ਜਾ ਕੇ, ਮੈਂ ਕੀ ਕਹਿਣਾ, ਮੈਂ ਕੀ ਕਰਨਾ। ਇੱਕਦਮ ਮੈਨੂੰ ਅੰਦਰ ਵੜਿਆ ਅਤੇ ਜੋ ਹੋਇਆ ਉੱਥੇ ਰੀਅਲ ਹੀ ਹੋਇਆ। ਹੁੰਦੀ ਆ ਗੱਲਬਾਤ ਸ਼ਹਿਨਾਜ਼ ਨਾਲ, ਕਿਉਂਕਿ ਸਿਧਾਰਥ ਨਾਲ ਬਹੁਤ ਡੂੰਘੀ ਦੋਸਤੀ ਸੀਗੀ ਜਦੋਂ ਸਿਧਾਰਥ ਗਏ ਨੇ ਦੁਨੀਆ ਤੋਂ। ਉਸ ਤੋਂ ਬਾਅਦ ਕਾਫੀ ਵਾਰ ਉਹਨੂੰ ਦੇਖਿਆ ਕਿ ਵੀਡੀਓ ਦੇ ਸਾਹਮਣੇ ਆਈਆਂ, ਇੱਦਾਂ ਦਾ ਲੱਗਾ ਕਿ ਜਿਵੇਂ ਸ਼ੌਕ ਦੇ ਵਿੱਚ ਨੇ। ਜਦੋਂ ਇੰਨਾ ਤੁਹਾਡਾ ਕੋਈ ਕਰੀਬੀ ਜਾਂਦਾ, ਇੰਨੇ ਉਹਨਾਂ ਨੇ ਮਹੀਨੇ ਇਕੱਠੇ ਬਿਤਾਏ, ਫਿਰ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ? ਜਿਹੜੀ ਬਚਪਨ ਦੇ ਵਿੱਚ ਸ਼ਹਿਨਾਜ਼ ਸੀਗੀ ਜਾਂ ਇਸ ਸਟੇਜ ਤੋਂ ਬਾਅਦ ਸ਼ਹਿਨਾਜ਼ ਆਈ ਹੈ, ਕਿੰਨਾ ਕੁ ਬਦਲਾਵ ਹੈ? ਨਹੀਂ, ਬਚਪਨ 'ਚ ਤਾਂ ਉਹ ਹੈ ਸੀ, ਉਹਨੂੰ ਨਹੀਂ ਸੀ ਇੰਨੀ ਸਮਝ, ਲੇਕਿਨ ਬਿਗ ਬੋਸ ਜਾਣ ਤੋਂ ਬਾਅਦ ਉਹ ਬਹੁਤ ਜ਼ਿਆਦਾ ਚੇਂਜ ਹੋ ਗਈ। ਜਿੱਦਾਂ ਕਹਿ ਲਓ ਕਿ ਉਹਨੇ ਲਾਈਫ ਨੂੰ, ਜ਼ਿੰਦਗੀ ਨੂੰ ਸਮਝਿਆ ਅਤੇ ਆਪਣੇ ਆਪ ਨੂੰ ਉਹਨੇ ਇੰਨਾ ਕੁ ਹਾਰਡ ਵਰਕ ਦੇ ਵਿੱਚ ਵਰਕ ਕੀਤਾ ਜਾ ਕੇ ਕਿ ਜਿਹੜਾ ਕਿ ਹੁਣ ਬਿਲਕੁਲ ਹੀ ਚੇਂਜ ਹੋ ਚੁੱਕੀ ਆ। ਵੇਖੋ, ਜਦੋਂ ਆਪਣਾ ਕੋਈ ਕਰੀਬੀ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਦਿਲੋਂ, ਦੁਨੀਆ ਛੱਡ ਕੇ ਚੱਲ ਜਾਂਦਾ, ਅਤੇ ਉਹਨੂੰ ਸੰਭਾਲਣ ਨੂੰ ਵੀ ਜਿਹੜਾ ਕਿ ਟਾਈਮ ਲੱਗਦਾ। ਉਹ ਹਾਲੇ ਆਪਣੇ ਆਪ ਨੂੰ ਸੰਭਾਲ ਰਹੀ ਆ, ਲੇਕਿਨ ਨਾਲ ਨਾਲ ਕੰਮ ਵੀ ਕਰ ਰਹੀ ਆ। ਉਹਨੇ ਕੰਮ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕੀਤਾ ਹੋਇਆ। ਸੁਪਨੇ ਕੀ ਨੇ ਤੁਹਾਡੇ, ਸੁਪਨੇ ਕੀ ਰਹਿ ਗਏ ਨੇ? ਕਿਉਂਕਿ ਡਾਕਟਰ ਨੇ ਤਾਂ ਬਹੁਤ ਜ਼ਿਆਦਾ ਹੀ ਨਾਮ ਬਣਾ ਲਿਆ, ਤੁਹਾਡਾ ਕੋਈ ਨਿੱਜੀ ਤੌਰ 'ਤੇ ਸੁਪਨਾ ਹੋਵੇ, ਸ਼ਹਿਨਾਜ਼ ਦਾ ਕੋਈ ਸੁਪਨਾ ਹੋਵੇ ਜਿਹੜਾ ਹਜੇ ਵੀ ਮਨ 'ਚ ਹੋਵੇ ਕਿ ਇਹ ਵੀ ਸਾਕਾਰ ਕਰਨਾ? ਨਹੀਂ, ਦੇਖੋ ਮੇਰਾ ਕੋਈ ਬੱਚਿਆਂ ਦਾ ਹੀ ਆ, ਬੱਚੇ ਖੁਸ਼ ਰਹਿਣਾ, ਆਪਣਾ ਕੰਮ ਕਰਦੇ ਆ ਅਤੇ ਆਪਣੇ ਲਾਈਫ ਦੇ ਵਿੱਚ ਬਿਜ਼ੀ ਆ। ਮੇਰਾ ਕੀ ਆ, ਮੇਰੀ 50 ਸਾਲ ਦੀ ਉਮਰ ਹੋ ਗਈ ਆ, ਹੋਰ 10-12 ਸਾਲ ਸਹੀ, ਬਸ ਠੀਕ ਆ। ਨਹੀਂ, ਚਲੋ ਲੰਬੀ ਉਮਰ ਹੋਵੇ ਤੁਹਾਡੀ। ਪਰ ਜਦੋਂ ਬਚਪਨ ਦੇ ਵਿੱਚ ਤੁਸੀਂ ਦੇਖਦੇ ਸੀਗੇ, ਉਦੋਂ ਸੁਪਨਾ ਕੀ ਸੀਗਾ ਸ਼ਹਿਨਾਜ਼ ਦਾ? ਜਦੋਂ ਹੁਣ ਇੰਨਾ ਵੱਡਾ ਨਾਮ ਬਣ ਗਿਆ ਨੇ, ਉਹ ਖੁਸ਼ ਨੇ, ਸੈਟੀਸਫਾਈ ਨੇ? ਕਿਉਂਕਿ ਲੋਕ ਕਹਿੰਦੇ ਨੇ ਇੰਡਸਟਰੀ ਜਿਹੜੀ ਹੈਗੀ ਉਹ ਡਿਪਰੈਸ਼ਨ ਦਾ ਘਰ ਹੈ, ਇੱਥੇ ਜਿਹੜੀ ਬਾਹਰੀ ਚਿਹਰਾ ਦਿਖਾਉਂਦੇ ਆ ਉਹ ਅੰਦਰਲੇ ਚਿਹਰੇ ਤੋਂ ਬੜਾ ਵੱਖਰਾ ਹੁੰਦਾ, ਇੱਕ ਮੁਖੌਟਾ ਪਾਇਆ ਹੁੰਦਾ। ਨਹੀਂ, ਇਹ ਗੱਲ ਸਹੀ ਆ, ਕਈਆਂ ਲੋਕਾਂ ਨੂੰ ਜਦੋਂ ਕੰਮ ਨਹੀਂ ਮਿਲਦਾ ਉਹ ਵਾਕਈ ਡਿਪਰੈਸ਼ਨ 'ਚ ਚਲ ਜਾਂਦੇ ਆ। ਡਿਪਰੈਸ਼ਨ 'ਚ ਜਾਣ ਨਾਲ ਫਿਰ ਤੁਸੀਂ ਅਕਸਰ ਵੇਖਿਆ ਹੋਣਾ ਕਿ ਇਹਨੇ ਆਤਮ ਹੱਤਿਆ ਕਰ ਲਈ, ਉਹਨੇ ਉਹ ਕਰ ਲਿਆ, ਉਹਦੇ ਵਿੱਚ ਕੀ ਆ, ਕੋਈ ਨਸ਼ਿਆਂ 'ਚ ਚਲ ਜਾਂਦੇ ਆ, ਡਰੱਗਸ ਲੈਣਾ ਸ਼ੁਰੂ ਕਰ ਦਿੰਦੇ ਆ। ਥੋੜ੍ਹਾ ਜਿਹਾ ਜਦੋਂ ਕੰਮ ਨਹੀਂ ਮਿਲਦਾ ਇਹਨਾਂ ਨੂੰ, ਐਕਟਰਸ ਨੂੰ, ਉਹ ਡਿਪਰੈਸ਼ਨ 'ਚ ਵਾਕਿਆ ਹੀ ਚਲ ਜਾਂਦੇ ਆ। ਬਹੁਤ ਜ਼ਿਆਦੀਆਂ ਉੱਥੇ ਮੈਂ ਮਿਸਾਲਾਂ ਦੇ ਸਕਦਾ ਤੁਹਾਨੂੰ ਕਿ ਜਿਹੜੇ ਐਕਟਰ ਸੀ ਉਹ ਡਿਪਰੈਸ਼ਨ 'ਚ ਚਲ ਗਏ ਅਤੇ ਕਈ ਜਿਹੜੇ ਆ ਕਿ 2-2-3-3 ਸਾਲ ਬਾਅਦ ਡਿਪਰੈਸ਼ਨ ਤੋਂ ਬਾਹਰ ਆਏ, ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ। ਸ਼ਹਿਨਾਜ਼ ਦਾ ਸੁਭਾਅ ਜਿਹੜਾ ਕਿਤੇ ਗਿਆ, ਕਿਉਂਕਿ ਉਹ ਜਦੋਂ ਸ਼ੋਅ ਦੇ ਵਿੱਚ ਹੁੰਦੇ ਸੀਗੇ, ਇੱਦਾਂ ਦੇਖਿਆ ਕੋਈ ਜਦੋਂ ਸਵਾਲ ਜਵਾਬ ਕਰਦਾ ਸੀਗਾ, ਕੋਈ ਉਹਨਾਂ ਨੇ ਨੈਚੁਰਲੀ ਜਵਾਬ ਦੇ ਦੇਣਾ, ਗੁੱਸੇ ਵੀ ਆ ਜਾਂਦੇ ਹੁੰਦੇ ਸੀਗੇ ਕਿ ਮੈਂ ਕਹਿਣਾ ਮੈਂ ਪੰਜਾਬ ਦੀ ਜੱਟੀ ਹਾਂ, ਮੈਂ ਸ਼ੇਰਨੀ ਹਾਂ। ਸੁਭਾਅ ਕਿਤੇ ਤਾਂ ਗਿਆ, ਉਹ ਮਦਰ 'ਤੇ ਗਏ ਨੇ, ਤੁਹਾਡੇ 'ਤੇ ਗਏ ਨੇ, ਜਿਹੜਾ ਇੰਨਾ ਉਹਨਾਂ ਦਾ ਕਹੀਏ ਮਤਲਬ ਅੱਜ ਕੱਲ੍ਹ ਸੁਭਾਅ ਇੱਕ ਤਰੀਕੇ ਦਾ? ਨਹੀਂ, ਉਹਦਾ ਸੁਭਾਅ ਮੇਰੇ 'ਤੇ ਹੀ ਆ ਅਤੇ, ਲੇਕਿਨ ਉਹ ਜਿਸ ਤਰ੍ਹਾਂ ਪਹਿਲਾਂ ਸੀ ਉਹਦਾ ਸੁਭਾਅ, ਹੁਣ ਵੀ ਉਸ ਤਰ੍ਹਾਂ ਹੀ ਆ। ਸੁਭਾਅ ਵਜੋਂ ਨਹੀਂ ਕੋਈ ਫਰਕ ਪਿਆ, ਲੇਕਿਨ ਉਹਨੇ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ, ਥੋੜ੍ਹਾ ਜਿਹਾ ਆਪਣੇ ਆਪ ਨੂੰ ਮਚੋਰ ਕਰ ਲਿਆ। ਪਹਿਲਾਂ ਉਹ 'ਚ ਬਚਪਨਾ ਸੀ, ਲੇਕਿਨ ਹੁਣ ਉਹਨੇ ਆਪਣੇ ਆਪ ਨੂੰ ਇੰਨਾ ਕੁ ਮਚੋਰ ਕਰ ਲਿਆ ਕਿ ਹੁਣ ਜੋ ਵੀ ਅਗਰ ਕੋਈ ਗੱਲ ਵੀ ਕਰਦੀ ਆ ਤਾਂ ਸੋਚ ਸਮਝ ਕੇ ਕਰਦੀ ਆ, ਅਗਰ ਕੋਈ ਪ੍ਰੋਜੈਕਟ ਵੀ ਚੁਣਦੀ ਆ ਤਾਂ ਸੋਚ ਸਮਝ ਕੇ ਚੁਣਦੀ ਆ। ਹੁਣ ਆ ਰਹੇ ਨੇ ਅਗਲੇ ਪ੍ਰੋਜੈਕਟਸ ਵੀ, ਕਾਫੀ ਆ ਰਹੇ ਨੇ? ਹਾਂ, ਪ੍ਰੋਜੈਕਟ ਵੀ ਕਾਫੀ ਆ ਰਹੇ ਆ, ਅਗਲੇ ਮਹੀਨੇ ਪੰਜਾਬ ਵੀ ਆ ਰਹੀ ਆ। ਅੱਛਾ, ਪੰਜਾਬ ਆ ਰਹੇ? ਬਿਲਕੁਲ, ਹਰ ਸਾਲ 2 ਘਰੀ ਵਿਜ਼ਿਟ ਹੁੰਦਾ ਉਹਦਾ ਘਰ ਪੰਜਾਬ ਦੇ ਵਿੱਚ, ਅਤੇ ਪਿਛਲੇ ਸਾਲ ਵੀ 2 ਵਾਰੀ ਵਿਜ਼ਿਟ ਕੀਤਾ ਸੀ।
ਦਿਲ ਕਿੱਥੇ ਲੱਗਦਾ ਬੰਬੇ ਦੀ ਇੰਡਸਟਰੀ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਨੇ ਕਿ ਆਪਣੇ ਪੰਜਾਬ ਦੀ ਮਿੱਟੀ ਜਾ ਕੇ ਵੱਖਰਾ ਸਕੂਨ ਮਿਲਦਾ? ਨਹੀਂ, ਇਸ ਤਰ੍ਹਾਂ ਹੁੰਦਾ, ਦੇਖੋ ਆਪਾਂ ਕਿਤੇ ਵੀ ਰਹਿੰਦੇ ਹਾਂ, ਬੰਬੇ ਰਹਿੰਦੇ ਹਾਂ ਜਾਂ ਕਿਤੇ ਵੀ ਰਹਿੰਦੇ ਹਾਂ, ਲੇਕਿਨ ਜਿਹੜਾ ਆਪਣਾ ਇੱਕ ਪਿਆਰ ਹੁੰਦਾ ਜਿੱਥੇ ਆਪਾਂ ਜੰਮੇ ਪਲੇ ਹਾਂ, ਜਿੱਥੇ ਸ਼ੁਰੂ ਤੋਂ ਰਹੇ ਹਾਂ, ਦਿਲ ਤਾਂ ਉੱਥੇ ਆ ਕੇ ਲੱਗਦਾ, ਪੰਜਾਬ ਦੇ ਵਿੱਚ ਹੀ ਦਿਲ ਲੱਗਦਾ, ਘਰੇ ਆ ਕੇ ਦਿਲ ਲੱਗਦਾ। ਲੇਕਿਨ ਮੈਂ ਇਹ ਵੀ ਗੱਲ ਵੇਖੀ ਆ ਕਿ ਜਦੋਂ ਪੰਜਾਬ ਆਉਂਦੀ ਆ, ਭਾਵੇਂ ਨਹੀਂ ਕਿਸੇ ਨੂੰ ਦੱਸ ਕੇ ਆਉਂਦੇ, ਲੇਕਿਨ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਕਿ ਉਹ ਪੰਜਾਬ ਦੇ ਵਿੱਚ ਆਈ ਆ। ਉਹ ਇਸ ਤਰ੍ਹਾਂ ਬੈਠੀ ਹੁੰਦੀ ਆ ਕਿ ਜਿਵੇਂ ਡੇਰੇ ਵਾਲੇ ਬਾਬਾ ਜੀ ਨੇ ਲੰਘਣਾ ਹੋਵੇ ਅਤੇ ਸੰਗਤ ਬੈਠੀ ਹੁੰਦੀ ਹੈ ਨਾ ਆਪਣੇ ਸੜਕਾਂ ਦੇ ਉੱਤੇ, ਉਸ ਤਰ੍ਹਾਂ ਲੋਕ ਬੈਠੇ ਹੁੰਦੇ ਉਹਨੂੰ ਵੇਖਣ, ਲੋਕ ਪਿਆਰ ਕਰਦੇ ਜੈਨੂਅਨਲੀ। ਮੈਂ ਅੱਜ ਤੱਕ ਬਹੁਤ ਘੱਟ ਹੀ ਕਮੈਂਟਸ ਦੇਖੇ ਆ ਸ਼ਹਿਨਾਜ਼ ਦੇ ਖਿਲਾਫ਼ ਨੈਗੇਟਿਵ ਹੋਣ, ਲੋਕ ਜ਼ਿਆਦਾਤਰ ਪੋਜ਼ਿਟਿਵ ਹੁੰਦੇ ਆ, ਲੋਕ ਇੰਜੋਏ ਕਰਦੇ ਆ ਜੋ ਵੀ ਉਹ ਕਰਦੇ ਹਨ, ਜੋ ਉਹਨਾਂ ਦੀਆਂ ਅਦਾਵਾਂ ਨੇ, ਜੋ ਉਹਨਾਂ ਦਾ ਮਤਲਬ ਗਾਣਿਆਂ ਦੇ ਵਿੱਚ ਬਿਹੇਵੀਅਰ ਦਾ, ਫਿਲਮਾਂ ਦੇ ਵਿੱਚ ਬਿਹੇਵੀਅਰ ਦਾ। ਹੁਣ ਵੱਡੇ ਵੱਡੇ ਸ਼ੋਅ ਦੇ ਵਿੱਚ ਹੋਏ ਨੇ, ਕਪਿਲ ਸ਼ਰਮਾ ਦੇ ਸ਼ੋਅ 'ਚ ਹੋ ਕੇ ਆਏ ਸੀਗੇ ਪਿੱਛੇ ਜੇ, ਇੰਡਸਟਰੀ ਦੇ ਵਿੱਚ ਹੁਣ ਬਹੁਤ ਵੱਡੇ ਵੱਡੇ ਡਾਇਰੈਕਟਰਾਂ ਦਾ ਇੰਡਸਟਰੀ ਦੇ ਵਿੱਚ ਬੈਠਣਾ ਉੱਠਣਾ, ਹੁਣ ਉਹ ਸੁਭਾਅ ਦਾ ਜਿਹੜਾ ਫਰਕ ਵੀ ਹੈਗਾ, ਲੋਕ ਦਿਲੋਂ ਪਸੰਦ ਕਰਦੇ ਆ। ਬਿਲਕੁਲ, ਉਹਦਾ ਦੇਖੋ ਹੁਣ ਤਾਂ ਉਹ ਇਸ ਤਰ੍ਹਾਂ ਦਾ ਉਹਦਾ ਵਾ ਕਿ ਹਰ ਇੱਕ ਆਰਟਿਸਟ ਨਾਲ, ਹਰ ਇੱਕ ਐਕਟਰ ਨਾਲ ਉਹ ਜਾਣਦੀ ਆ, ਉਹਨਾਂ ਨੂੰ ਬਹਿਣਾ ਖਿਲਾਉਣਾ ਉਹਦਾ, ਉਹਨਾਂ ਦੇ ਬਰਥਡੇ ਵਗੈਰਾ ਜਾਂ ਕੋਈ ਕੋਈ ਪਾਰਟੀ ਹੁੰਦੀ ਆ ਉੱਥੇ ਵੀ ਜਾਂਦੀ ਆ, ਸਾਦੇ ਵੀ ਆ ਉਹਨੂੰ, ਅਤੇ ਕਾਫ਼ੀ ਉਹਦੀ ਵਧੀਆ ਜਾਣ ਪਛਾਣ ਬਣੀ ਹੋਈ ਹੈ। ਤੁਹਾਡਾ ਵੀ ਕਾਫ਼ੀ ਪਹਿਲਾਂ ਦਾ ਨਾਮ ਬਣਿਆ ਹੋਇਆ, ਤੁਸੀਂ ਉਹੋ ਜਿਹੇ ਲੋਕਾਂ ਨਾਲ ਵਿਚਰਦੇ ਹੋ, ਭਾਵੇਂ ਸਿਆਸਤ ਹੈ ਚਾਹੇ ਉਹ ਕਿਸੇ ਜਥੇਬੰਦੀਆਂ ਨਾਲ ਜੁੜੇ ਹੋ। ਜਦੋਂ ਇੱਕ ਸਮਾਂ ਅਜਿਹਾ ਆਇਆ ਕਿ ਸ਼ਹਿਨਾਜ਼ ਦੀ ਪਾਪੂਲੈਰਿਟੀ ਇੰਨੀ ਵੱਧ ਗਈ, ਲੋਕ ਕਹਿਣਾ ਸ਼ੁਰੂ ਹੋ ਗਏ ਸ਼ਹਿਨਾਜ਼ ਦੇ ਪਾਪਾ, ਇੱਕ ਟਾਈਮ 'ਤੇ ਕਹਿੰਦੇ ਹੋਣਗੇ ਕਿ ਸੰਤੋਖ ਭਾਅ ਜੀ ਦੀ ਡਾਟਰ ਹੈ, ਹੁਣ ਉਹਨਾਂ ਦੇ ਨਾਮ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ, ਅਤੇ ਕਿੰਨਾ ਕੁ ਮਤਲਬ ਮਾਣ ਮਹਿਸੂਸ ਹੁੰਦਾ ਕਿ ਉਦੋਂ ਮਹਿਸੂਸ ਕੀ ਕਰਦੇ ਹੋ? ਹਾਂ, ਪਹਿਲਾਂ ਆਪਣਾ ਨਾਂ ਸੀ, ਕੁਛ ਲੋਕ ਮੈਨੂੰ ਸੁੱਖ ਪ੍ਰਧਾਨ ਦੇ ਨਾਂ ਤੋਂ ਜਾਣਦੇ ਸੀ, ਕਾਫ਼ੀ ਮੇਰਾ ਨਾਂ ਸੀ ਹਲਕੇ ਦੇ ਵਿੱਚ। ਲੇਕਿਨ ਹੁਣ ਕਿਤੇ ਵੀ ਮੈਂ ਜਾਂਦਾ ਵਾਂ ਅਤੇ ਇਹੀ ਗੱਲ ਹੁੰਦੀ ਹੈ ਕਿ ਉਹ ਸ਼ਹਿਨਾਜ਼ ਦਾ ਫਾਦਰ ਆ, ਬੱਚੇ ਦੇ ਨਾਂ ਤੋਂ ਲੋਕ ਜਾਣਦੇ ਆ, ਸ਼ਹਿਬਾਜ਼ ਸ਼ਹਿਨਾਜ਼ ਦਾ। ਬਿਲਕੁਲ ਹੁੰਦਾ ਹੀ ਆ, ਪ੍ਰਾਊਡ ਫੀਲ ਹੁੰਦਾ, ਕਿਉਂਕਿ ਇਸ ਲੈਵਲ 'ਤੇ ਪਹੁੰਚਣਾ ਜਿਹੜਾ ਨਾ ਬਹੁਤ ਵੱਡੀ ਗੱਲ ਆ, ਇਸ ਲੈਵਲ 'ਤੇ ਕੋਈ ਕੋਈ ਪਹੁੰਚਦਾ। ਦੇਖੋ ਬੜੇ ਲੋਕ ਗਏ ਆ ਇੱਥੋਂ, ਹੋਰ ਵੀ ਪੰਜਾਬ ਦੇ ਦੋ ਤਿੰਨ ਗਏ ਸੀ ਆਰਟਿਸਟ, ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ, ਉਹ ਗਏ ਸੀ ਲੇਕਿਨ ਉੱਥੇ ਮਹੀਨਾ ਮਹੀਨਾ ਨਹੀਂ ਟਿਕ ਸਕੇ, 10-10 ਦਿਨ ਮਹਾਂ ਹੀ ਲੋਕ ਉੱਥੇ ਜਾ ਕੇ ਟਿਕਦੇ ਆ, ਕਿ ਇੱਕ ਲਾਸਟ ਸਮੇਂ ਤੱਕ ਰਹਿਣਾ। ਹਾਲਾਂਕਿ ਤੁਹਾਨੂੰ ਯਾਦ ਹੋਣਾ ਕਿ ਬਿਗ ਬੋਸ 13 ਜਿਹੜਾ ਕਿ ਉਹ ਕੁਛ ਸਮੇਂ ਲਈ ਜਿਹੜਾ ਉਹ ਵਧਾਇਆ ਵੀ ਗਿਆ ਸੀ, ਉਹਦਾ ਟਾਈਮ ਪੀਰੀਅਡ ਵੀ ਵਧਾਇਆ ਗਿਆ ਸੀ। ਹਾਈਐਸਟ ਟੀਆਰਪੀ ਅੱਜ ਤੱਕ ਰਿਕਾਰਡ ਰਿਹਾ ਉਹਨਾਂ ਦਾ। ਹਾਂ, ਰਿਕਾਰਡ ਹੈ ਅਤੇ ਰਿਕਾਰਡ ਅੱਜ ਤੱਕ ਟੁੱਟਾ ਨਹੀਂ। ਦੇਖੋ ਉਸ ਸਮਾਂ ਉਹ ਸੀ ਕਿ ਬਿਗ ਬੋਸ 13 ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਲੋਕਾਂ ਨੇ ਵੇਖਿਆ, ਜਿਨ੍ਹਾਂ ਨੂੰ ਬਿਗ ਬੋਸ ਦਾ ਪਤਾ ਨਹੀਂ ਸੀ ਕਿ ਕੀ ਆ ਅਤੇ ਕਿਹੜਾ ਸ਼ੋਅ ਆ। ਨਿੱਜੀ ਤੌਰ 'ਤੇ ਅੱਜ ਤੱਕ ਇੱਕੋ ਸੀਜ਼ਨ ਦੇਖਿਆ ਅਤੇ ਉਹੀ ਦੇਖਿਆ, ਉਸ ਤੋਂ ਬਾਅਦ ਦੇਖਣ ਨੂੰ ਦਿਲ ਵੀ ਨਹੀਂ ਕੀਤਾ। ਹਾਂ, ਮੇਰਾ ਵੀ ਇਸ ਤਰ੍ਹਾਂ ਹੀ ਆ, ਮੈਂ ਉਸ ਤੋਂ ਬਾਅਦ ਕਦੀ ਬਿਗ ਬੋਸ ਨਹੀਂ ਵੇਖਿਆ, ਮੈਨੂੰ ਵੀ ਨਹੀਂ ਸੀ। ਹਾਂ, ਅਸੀਂ ਸ਼ਹਿਨਾਜ਼ ਦੇ ਨਾਲ ਜਦੋਂ ਥੋੜ੍ਹਾ ਜਿਹਾ ਲੇਕ ਸਕੂਲ ਕਾਲਜ ਕਾਲਜ ਪੜ੍ਹਦੀ ਸੀ ਉਦੋਂ ਅਸੀਂ ਬਿਗ ਬੋਸ ਵੇਹਦੇ ਰਹੇ ਹਾਂ, ਅਤੇ 2-3 ਸੀਜ਼ਨ ਅਸੀਂ ਇਕੱਠਿਆਂ ਵੇਖੇ, ਰਾਤ ਨੂੰ ਬਹਿਣਾ ਵੇਖਣਾ, ਉਹ ਵੀ ਮੈਂ ਇਹਨਾਂ ਕਰਕੇ ਵੇਹਣਾ ਹੁੰਦਾ ਕਿ ਸ਼ਹਿਨਾਜ਼ ਵੇਹਦੀ ਹੁੰਦੀ, ਉਹਨੂੰ ਇੰਟਰਸਟ ਬਹੁਤ ਹੁੰਦਾ ਸੀ ਇਹ ਗੱਲ 'ਤੇ। ਅਤੇ ਲੇਕਿਨ ਉਹ ਤੋਂ ਬਾਅਦ 2000 ਜਦੋਂ ਹੁਣ ਸੀਜ਼ਨ ਗਿਆ ਬਿਗ ਬੋਸ 13, ਉਹ ਤੋਂ ਬਾਅਦ ਨਹੀਂ ਫਿਰ ਵੇਖਿਆ, ਨਾ ਹੀ ਵੇਖਣ ਉਹਦੇ, ਉਹ ਮਜ਼ਾ ਨਹੀਂ ਆਉਂਦਾ। ਉਹ ਜੋ ਉਹਨਾਂ ਨੇ ਕੀਤਾ ਉਹੀ ਮਤਲਬ ਜ਼ਿਆਦਾ ਹਿੱਟ ਹੋ ਗਿਆ ਨਾ। ਬੜੀ ਵੱਡੀ ਗੱਲ ਆ ਕਿ ਲਾਸਟ ਤੱਕ ਸ਼ੋਅ ਨੂੰ ਅੱਗੇ ਵੀ ਵਧਾਇਆ ਗਿਆ ਕਾਫ਼ੀ ਟਾਈਮ ਲਈ ਉਹਦੀ TRP ਵੇਖ ਕੇ, ਲੇਕਿਨ ਐਂਡ ਤੱਕ ਰਹਿਣਾ ਬੜੀ ਵੱਡੀ ਗੱਲ। ਹਾਲੇ ਲੋਕ ਚਾਹੁੰਦੇ ਸੀ, ਪਿੰਡਾਂ ਦੇ ਲੋਕ, ਪੰਜਾਬ ਦੇ ਲੋਕ ਵੀ ਚਾਹੁੰਦੇ ਸੀ ਕਿ ਬਾਹਰ ਜਿਹੜੇ, ਅੱਛਾ ਆਪਣੇ ਇੰਡੀਆ ਦੇ ਵਿੱਚ ਦੇ ਲੋਕਾਂ ਨੇ ਬਿਗ ਬੋਸ 13 ਵੇਖਿਆ ਹੀ ਵੇਖਿਆ, ਬਾਹਰਲੇ ਮੁਲਕਾਂ 'ਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ। ਜਦੋਂ ਇਹ ਸ਼ੋਅ ਆਉਂਦਾ ਹੁੰਦਾ ਸੀ ਵੀਕੈਂਡ 'ਤੇ ਖਾਸ ਕਰ, ਉੱਥੇ ਮੇਰੇ ਸੁਣ 'ਚ ਆਇਆ ਕਿ ਲੋਕ ਮੈਨੂੰ ਦੱਸਦੇ ਸੀ ਕਿ ਇੰਗਲੈਂਡ, ਕੈਨੇਡਾ, ਅਮੈਰੀਕਾ ਵਰਗੇ ਮੁਲਕਾਂ ਦੇ ਵਿੱਚ ਜਿੱਦਾਂ ਲੋਕ ਉੱਥੇ ਫੁੱਟਬਾਲ ਦਾ ਮੈਚ ਵੇਖਦੇ ਆ ਨਾ ਵੱਡੀਆਂ ਸਕਰੀਨਾਂ ਲਾ ਕੇ, ਇੱਦਾਂ ਉਹਨਾਂ ਦਾ ਸ਼ੋਅ ਵੇਖਿਆ ਜਾਂਦਾ ਸੀ ਰੈਸਟੋਰੈਂਟਾਂ 'ਚ, ਬਾਰਾਂ 'ਚ।
ਇਸ ਤਰ੍ਹਾਂ ਦੇਖਿਆ ਜਾਂਦਾ ਸੀ। ਜੇਕਰ ਆਪਾਂ ਕਹੀਏ ਕਿ ਬਿਗ ਬੋਸ ਨੂੰ ਇੱਕ ਪਹਿਚਾਣ ਪਹਿਲਾਂ ਵੀ ਸੀਗੀ, ਲੇਕਿਨ ਇੱਕ ਨਵੀਂ ਪਹਿਚਾਣ ਜਾਂ ਬਹੁਤ ਵੱਡੇ ਪੱਧਰ 'ਤੇ ਲੈ ਕੇ ਜਾਣ ਦੇ ਵਿੱਚ ਇਹ ਜਿਹੜੀ ਸਿਧਨਾਜ਼ ਦੀ ਜੋੜੀ ਸੀਗੀ ਇਹਦਾ ਬਹੁਤ ਵੱਡਾ ਹੱਥ ਰਿਹਾ। ਹਾਂ, ਦੇਖੋ ਅਗਰ ਬਿਗ ਬੋਸ 13 ਦੇ ਵਿੱਚ ਕੋਈ ਅਹਿਮ ਰੋਲ ਅਦਾ ਕੀਤਾ ਤਾਂ ਇਹਨਾਂ ਦੋਵਾਂ ਨੇ ਕੀਤਾ, ਸਿਧਾਰਥ ਸ਼ੁਕਲਾ ਐਂਡ ਸ਼ਹਿਨਾਜ਼ ਗਿੱਲ ਨੇ। ਤੁਸੀਂ ਡੇਰੇ ਨਾਲ ਵੀ ਜੁੜੇ ਰਹੇ, ਤੁਸੀਂ ਪਹਿਲਾਂ ਵੀ ਹੁਣ ਜ਼ਿਕਰ ਵੀ ਕੀਤਾ ਕਿ ਜਦੋਂ ਇੱਦਾਂ ਸ਼ਹਿਨਾਜ਼ ਆਉਂਦੀ ਹੈ ਪੰਜਾਬ ਵਿੱਚ ਲੋਕ ਉਡੀਕਦੇ, ਜਿਵੇਂ ਡੇਰੇ ਵਾਲੀ ਸੰਗਤ ਬਾਬਾ ਜੀ ਨੂੰ ਉਡੀਕਦੀ ਹੈ, ਡੇਰੇ ਨਾਲ ਤੁਹਾਡਾ ਕੀ ਖਾਸ ਸੰਬੰਧ ਹੈ, ਉਹਨਾਂ ਨਾਲ ਕਿੱਦਾਂ ਜੁੜੇ ਹੋ? ਦੇਖੋ ਸ਼ੁਰੂ ਤੋਂ ਬਿਆਸ ਰਹੇ ਹਾਂ, ਜੰਮੇ ਪਲੇ ਹਾਂ, ਲਾਗੇ ਪਿੰਡ ਆ, ਅਤੇ ਬਿਆਸ ਜਦੋਂ ਛੋਟੇ ਛੋਟੇ ਹੁੰਦੇ ਸੀ ਉਦੋਂ ਸੇਵਾ ਕਰਨ ਜਾਂਦੇ ਹੁੰਦੇ ਸੀ, ਝਾੜੂ ਦੀ ਸੇਵਾ ਕਰ ਲਓ, ਜਾ ਕੇ ਉੱਥੇ ਸਫਾਈ ਕਰਨੀ, ਅੰਦਰ ਪੱਤੇ ਪੁੱਤੇ ਸਾਫ਼ ਕਰਨੇ, ਬੜੇ ਗਰੁੱਪ ਬਣਾ ਕੇ ਜਾਂਦੇ ਹੁੰਦੇ ਸੀ ਸੇਵਾ 'ਤੇ, ਅਤੇ ਉਹ ਸ਼ੁਰੂ ਤੋਂ ਹੀ ਜਿਹੜਾ ਵਾ ਕਿ ਮੇਰੇ ਸਹੁਰੇ ਵੀ ਹੁਣ ਉੱਥੇ ਵਿਆਹ ਸੀ ਆ ਵੜੈਚ ਜਿੱਥੇ ਡੇਰਾ ਵਾ, ਅੱਛਾ, ਉੱਥੇ ਮੇਰੇ ਸਹੁਰੇ ਬਣ ਗਏ, ਅਤੇ ਸ਼ਨਾਜ ਦੇ ਨਾਨਕੇ ਲਾ ਲਓ, ਉੱਥੇ ਉਹ ਰਹੀ ਵੀ ਨਾਨਕੇ ਚੱਲਦਾ ਕੀ ਹੈ ਡੇਰੇ ਦੇ ਵਿੱਚ, ਹੈ ਕਿ ਮਤਲਬ ਜਿਹੜਾ ਇੰਨਾ ਮਾਹੌਲ ਭਖਦਾ, ਲੋਕ ਜਾਂਦੇ ਵੀ ਆ, ਕੁਛ ਗਲਤ ਵੀ ਬੋਲਦੇ, ਕੁਛ ਹੱਕ 'ਚ ਵੀ ਆ, ਜ਼ਿਆਦਾਤਰ ਇੰਨੀ ਸੰਗਤ ਜੁੜੀ ਆ, ਜਦੋਂ ਬਾਬਾ ਜੀ ਦਾ ਮਤਲਬ ਵਚਨ ਹੁੰਦੇ ਆ, ਸੰਗਤ ਮਤਲਬ ਬੱਸਾਂ ਦੀਆਂ ਕੋਈ ਗਿਣਤੀ ਨਹੀਂ ਹੁੰਦੀ ਭਰ ਕੇ ਜਾਂਦੀ ਹੈ ਕਿ ਡੇਰੇ 'ਚ ਅਜਿਹਾ ਜਿਹੜਾ ਲੋਕ ਇੰਨੇ ਖਿੱਚੇ ਜਾਂਦੇ ਆ? ਸਭ ਤੋਂ ਵੱਧ ਅਗਰ ਕਿਤੇ ਲੋਕ ਆਉਂਦੇ ਆ ਭੰਡਾਰੇ 'ਤੇ, ਜਦੋਂ ਭੰਡਾਰਾ ਹੁੰਦਾ, ਸਤਸੰਗ ਹੁੰਦਾ, ਸਭ ਤੋਂ ਵੱਧ ਅਗਰ ਦੁਨੀਆ ਆਉਂਦੀ ਆ ਤਾਂ ਡੇਰੇ ਆਉਂਦੀ, ਡੇਰਾ ਬਿਆਸ। ਉਹ ਇਸ ਕਰਕੇ ਆਉਂਦੀ ਆ ਕਿਉਂਕਿ ਦੂਜੇ ਡੇਰਿਆਂ ਨੂੰ, ਜਿੱਦਾਂ ਆਪਾਂ ਵੇਖਦੇ ਜੀ ਫਲਾਣੇ ਬਾਬੇ ਨੇ ਰੇਪ ਕਰਤਾ, ਫਲਾਣੇ ਬਾਬੇ ਨੇ ਐਂ ਕਰਤਾ, ਫਲਾਣੇ ਬਾਬੇ ਨੇ ਹੁਣ ਕੀ ਨਾਂ ਉਹਨਾਂ ਦੇ ਕੀ ਲੈਣੇ ਆ, ਤੁਹਾਨੂੰ ਪਤਾ ਹੀ ਹੈ ਸਾਰਾ। ਲੇਕਿਨ ਡੇਰੇ 'ਤੇ ਅੱਜ ਤੱਕ ਐਸੀ ਕੋਈ ਗੱਲ ਨਹੀਂ ਸੁਣੀ। ਦੇਖੋ ਇੱਦਾਂ ਦਾ ਕੁਛ ਨਹੀਂ ਆ ਕਿ ਉੱਥੇ ਅੰਦਰ ਜਾ ਕੇ ਆਸ਼ਕੀਆਂ ਹੁੰਦੀਆਂ ਜਾਂ ਕੋਈ ਜਾਂ ਕੋਈ ਉੱਥੇ ਗਲਤ ਕੰਮ ਕਰ ਸਕਦਾ, ਮਤਲਬ ਇੰਨੀ ਕੁ ਸਕਿਉਰਿਟੀ ਟਾਈਟ ਆ। ਉਹ ਸੁਣਨ 'ਚ ਇਹ ਵੀ ਆਇਆ ਕਹਿੰਦੇ ਅੰਦਰ ਫੋਨ ਵੀ ਲਿਜਾਣੇ ਅਲਾਊਡ ਨਹੀਂ ਆ, ਫੋਨ ਵੀ ਦਿਖਾ ਦਿੱਤੇ ਜਾਂਦੇ ਆ ਜਦੋਂ ਵਚਨ ਚੱਲਦੇ ਆ। ਉਹ ਜਗ੍ਹਾ ਇੰਨੀ ਵੱਡੀ ਆ ਡੇਰੇ ਦੀ ਕਿ ਜਿਵੇਂ ਇੱਕ ਸ਼ਹਿਦ ਵਸਿਆ ਹੁੰਦਾ ਅੰਦਰ ਡੇਰੇ ਦੇ, ਪਰ ਇੰਨੀ ਜਗ੍ਹਾ ਇੰਨੀ ਸੰਗਤ ਜੁੜਨ ਦਾ ਖਾਸ ਕਾਰਨ ਕੀ ਹੈ ਕਿ ਜਿਹੜਾ ਫੋਨ ਵੀ ਦਿਖਾ ਦਿੰਦੇ ਆ ਅਜਿਹੇ ਕਿਹੜੇ ਵਚਨ ਨੇ, ਜਾਂ ਲੋਕ ਕਹਿੰਦੇ ਨੇ ਕਿ ਗੁਰਦੁਆਰਿਆਂ ਦੇ ਵਿੱਚ ਅਸੀਂ ਜਾਂਦੇ, ਉੱਥੇ ਵੀ ਗੁਰਬਾਣੀ ਚੱਲਦੀ ਹੈ, ਅਤੇ ਫਿਰ ਉੱਥੇ ਜਾ ਕੇ ਵੱਖਰਾ ਕੀ ਮਿਲਦਾ? ਨਹੀਂ, ਫੋਨ ਇਸ ਵਜ੍ਹਾ ਤੋਂ ਨਹੀਂ ਰਖਾਉਂਦੇ ਕਿ ਤੁਸੀਂ ਅੰਦਰ ਵੀਡੀਓਗ੍ਰਾਫਰ ਕਰ ਲਓਗੇ, ਜਾਂ ਲੋਕ ਉੱਥੇ ਜਾਂਦੇ ਵੀਡੀਓਗ੍ਰਾਫਰ ਵੀ ਕਰਦੇ ਆ ਆਮ ਦਿਨਾਂ 'ਚ, ਇੱਦਾਂ ਦੀ ਕੋਈ ਗੱਲ ਨਹੀਂ ਆ। ਫੋਨ ਇਸ ਕਰਕੇ ਆ ਕਿ ਅਗਰ ਸਤਸੰਗ ਹੋ ਰਿਹਾ, ਦੇਖੋ ਇਕੱਲਾ ਫੋਨ ਨਹੀਂ, ਤੁਹਾਡੀ ਬਕਾਇਦਾ ਤਲਾਸ਼ੀ ਲਈ ਜਾਂਦੀ ਆ ਕਿ ਕੋਈ ਕੋਈ ਉੱਦਾਂ ਦੀ ਚੀਜ਼ ਨਾ ਤੁਸੀਂ ਅੰਦਰ ਲੈ ਜਾਓ, ਜਿਵੇਂ ਬੀੜੀ, ਜਰਦਾ, ਤੰਬਾਕੂ ਲੋਕ ਅੰਦਰ ਲੈ ਜਾਂਦੇ ਆ, ਠੀਕ ਆ। ਉੱਥੇ ਉਹਨਾਂ ਨੇ ਬੜੇ ਵੱਡੇ ਢੇਰ ਲੱਗੇ ਹੁੰਦੇ ਆ, ਜਦੋਂ ਉੱਥੇ ਤਲਾਸ਼ੀ ਲਈ ਜਾਂਦੀ ਨਾ ਗੇਟ 'ਤੇ, ਬੜੇ ਵੱਡੇ ਢੇਰ ਲੱਗੇ ਹੁੰਦੇ ਆ ਭੰਡਾਰੇ 'ਤੇ ਵੀ, ਅਤੇ ਭੰਡਾਰੇ ਤੋਂ ਆਮ ਵੀ ਤੁਸੀਂ ਅਗਰ ਜਾਂਦੇ ਜੇ ਨਾ ਅੰਦਰ, ਉਦੋਂ ਵੀ ਤੁਹਾਡੀ ਤਲਾਸ਼ੀ ਲੈ ਕੇ ਅੰਦਰ ਜਾ ਦਿੱਤਾ ਜਾਂਦਾ, ਕੋਈ ਸਿਗਰਟ, ਕੋਈ ਪੀੜੀ, ਕੋਈ ਮੋਬਾਈਲ ਨਹੀਂ। ਦੱਸਦੇ ਹੀ ਆ ਬਾਬਾ ਜੀ ਜਿਹੜਾ ਅਜਿਹਾ ਖਾਸ ਹੈ ਕਿ ਜਿਹੜਾ ਸੰਗਤ ਨਾਲ ਇੰਨਾ ਮਤਲਬ ਸੰਗਤ ਨੂੰ ਲਗਾਵ ਹੈ ਕਿ ਜਿਹੜੀ ਉੱਥੇ ਭੱਜੀ ਜਾ ਰਹੀ ਹੈ, ਕੀ ਅਜਿਹਾ ਹੈ ਕਿ ਉੱਥੇ ਜਿਹੜਾ ਮਾਹੌਲ ਹੁੰਦਾ ਜਦੋਂ ਵਚਨ ਹੁੰਦੇ? ਨਹੀਂ, ਦੇਖੋ ਕੋਈ ਵੱਖਰਾ ਉਹ ਕੋਈ ਸੰਦੇਸ਼ ਨਹੀਂ ਦਿੰਦੇ, ਸਿਰਫ ਇੱਕ ਗੁਰਬਾਣੀ ਦੀਆਂ ਤੁੱਕਾਂ ਹੀ ਆ ਜਿਹੜੀਆਂ ਉਹ ਗੁਰਬਾਣੀ 'ਚੋਂ ਹੀ ਕੱਢ ਕੱਢ ਜਿਹੜੀ ਵਿਆਖਿਆ ਕੀਤੀ ਜਾਂਦੀ ਆ, ਕੋਈ ਵੱਖਰਾ ਨਹੀਂ ਆ। ਬਾਬਾ ਜੀ ਕਿਸੇ ਨੂੰ ਕੋਈ ਗਲਤ ਗਾਈਡ ਨਹੀਂ ਕਰਦੇ, ਸਿਰਫ ਉਹਨਾਂ ਦਾ ਇਹੀ ਹੁੰਦਾ ਕਿ ਤੁਸੀਂ ਮੀਟ, ਸ਼ਰਾਬ, ਆਂਡਾ ਛੱਡੋ, ਮਾੜੇ ਕਰਮ ਕਰਨੇ ਛੱਡੋ, ਭਗਤ ਬੰਦਗੀ ਕਰੋ, ਆਪਣਾ ਭਜਨ ਦੇ ਵਿੱਚ ਬੈਠੋ। ਨਾਮਦਾਨ ਦਿੰਦੇ ਆ, ਨਾਮਦਾਨ ਦੇ ਵਿੱਚ ਇਹ ਕਿ ਦੋ ਤਿੰਨ ਤੁਹਾਨੂੰ ਦੱਸਦੇ ਆ, ਇਹੋ ਜਿਹੇ ਸ਼ਬਦ ਦੱਸਦੇ ਆ ਕਿ ਤੁਸੀਂ ਉਹਨਾਂ ਨੂੰ ਆਪਣੇ ਮਨ ਦੇ ਵਿੱਚ ਧਿਆਓ। ਉਹਦਾ ਉਹਨਾਂ ਦਾ ਜਿਹੜਾ ਇੱਕ ਨਾਮਦਾਨ ਜਿਹੜਾ ਦੇਣ ਦਾ, ਜਿੱਦਾਂ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ, ਉਹਨਾਂ ਦਾ ਇਹੀ ਮਕਸਦ ਆ ਕਿ ਕਿਸੇ ਨਾ ਕਿਸੇ ਢੰਗ ਨਾਲ ਬੰਦੇ ਨੂੰ ਅੱਖਾਂ ਮੀਟ ਕੇ, ਚੌਂਕੜਾ ਮਾਰ ਕੇ, ਉਹ ਕੋਈ ਉਹਨੂੰ ਦੋ ਤਿੰਨ ਇਹੋ ਜਿਹੀਆਂ ਗੱਲਾਂ ਦੱਸਦੇ ਆ, ਮਤਲਬ ਸ਼ਬਦ ਦਿੰਦੇ ਆ ਕਿ ਉਹ ਬੰਦੇ ਦੀ ਜਿਹੜੀ ਆ ਰੂਹ, ਮਤਲਬ ਉਹ ਧਿਆਨ 'ਚ ਲੱਗੇ।
ਬੰਦਾ ਧਿਆਨ 'ਚ ਲੱਗੇ ਮਾੜੇ ਬਾਬਾ ਜੀ ਦੇ ਕੋਲ, ਕਿਉਂਕਿ ਜਿਵੇਂ ਆਪਾਂ ਦੇਖਦੇ ਹਾਂ ਲੋਕ ਘਰਾਂ ਦੇ ਵਿੱਚ ਤਸਵੀਰਾਂ ਲਗਾ ਕੇ ਉਹਨਾਂ ਨੂੰ ਪੂਜਦੇ ਆ, ਮੰਨਦੇ ਆ, ਕੋਈ ਅਜਿਹੀ ਸਿੱਧੀ ਜਾਂ ਕੋਈ ਇਹੋ ਜਿਹਾ ਮੰਤਰ, ਕੋਈ ਸ਼ਕਤੀ ਵੀ ਹੈਗੀ ਹੈ ਜਿਹੜੀ ਲੋਕਾਂ ਨੂੰ ਖਿੱਚਦੀ ਹੈ ਜਾਂ ਲੋਕਾਂ ਨੂੰ ਦਿੰਦੇ ਆ ਅਤੇ ਉੱਥੇ ਜਾ ਕੇ ਕੋਈ ਲੋਕਾਂ ਦੇ ਕਸ਼ਟ ਕਲੇਸ਼ ਮਿਟਦੇ ਆ? ਨਹੀਂ, ਇੱਦਾਂ ਦੀ ਕੋਈ ਸ਼ਕਤੀ ਨਹੀਂ ਆ। ਬਾਬਾ ਜੀ ਤਾਂ ਇਹ ਗੱਲ ਕਹਿੰਦੇ ਆ ਕਿ ਦੇਖੋ ਤੁਸੀਂ ਨਾਮ ਜਪੋ, ਗੁਰਬਾਣੀ ਪੜ੍ਹੋ, ਪਾਠ ਕਰੋ, ਪੂਜਾ ਕਰੋ, ਲੇਕਿਨ ਕੋਈ ਇੱਦਾਂ ਦਾ ਇਹ ਤਾਂ ਨਹੀਂ ਕਹਿੰਦੇ ਕਿ ਸਾਨੂੰ ਮੱਥਾ ਟੇਕੋ ਤੁਸੀਂ। ਬਾਬਾ ਜੀ ਨੇ ਕਦੀ ਨਹੀਂ ਕਿਹਾ ਕਿ ਮੇਰੇ ਪੈਰੀਆਂ ਹੱਥ ਲਾਓ ਜਾਂ ਮੈਨੂੰ ਮੱਥਾ ਟੇਕੋ, ਕੋਈ ਇੱਦਾਂ ਦੀ ਗੱਲ ਨਹੀਂ ਹੁੰਦੀ। ਪਰ ਹੁਣ ਜਿਹੜਾ ਮੁੱਦਾ ਪੱਖਿਆ, ਕਹਿੰਦੇ ਕਿ ਨਵੇਂ ਡੇਰਾ ਮੁਖੀ ਚੁਣ ਲਿਆ, ਕੁਛ ਕਹਿੰਦੇ ਨੇ ਕਿ ਨਾਮਦਾਨ ਦੇਣ ਲਈ ਚੁਣਿਆ, ਉੱਥੋਂ ਜਿਹੜੇ ਸਰਕੂਲਰ ਵੀ ਜਾਰੀ ਹੋਏ ਸੀਗੇ ਉਹ ਲੋਕਾਂ ਨੇ ਆਪਣੇ ਆਪਣੇ ਹਿਸਾਬ ਨਾਲ ਵਿਆਖਿਆ ਕਰ ਦਿੱਤੀ। ਸਹੀ ਮਾਇਨੇ ਵਿੱਚ ਹੋਇਆ ਕੀ ਆ, ਪਿਛਲੇ ਦਿਨ ਆਇਆ ਕਿ ਦਸਤਾਰਬੰਦੀ ਵੀ ਕੀਤੀ ਗਈ ਜਿਹੜੇ ਨਵੇਂ ਉਹਨਾਂ ਨੇ, ਲੋਕ ਕਹਿੰਦੇ ਨੇ ਡੇਰਾ ਮੁਖੀ ਹੈ, ਲੇਕਿਨ ਅਸਲ 'ਚ ਚੱਲ ਕੀ ਰਿਹਾ ਉੱਥੇ? ਨਹੀਂ, ਇਹਦਾ ਤਾਂ ਕੁਛ ਨਹੀਂ ਹੈ। ਦੇਖੋ ਪਿੱਛੇ ਜੇ ਕਾਫੀ ਰੌਲਾ ਪਿਆ ਸੀ ਕਿ ਨਵੇਂ ਜਸਮੀਤ ਸਿੰਘ ਉਹਨਾਂ ਨੂੰ ਲਾਤਾ ਹੋਇਆ, ਇੱਦਾਂ ਦਾ ਕੁਛ ਨਹੀਂ ਆ। ਬਾਬਾ ਜੀ ਗੁਰਿੰਦਰ ਢਿੱਲੋ ਜੀ ਆ, ਉਹੀ ਆ, ਉਹੀ ਰਹਿਣਗੇ। ਉਹ ਸਿਰਫ ਇੱਕ ਉਹਨਾਂ ਦੀ ਪਿੱਛੇ ਜੇ ਕੁਛ ਤਬੀਅਤ ਉਹਨਾਂ ਦੀ ਸਹੀ ਨਹੀਂ ਸੀ ਅਤੇ ਉਹਨਾਂ ਨੂੰ ਵਿਜਿਟ ਜਿਹੜਾ ਬਾਹਰ ਬਹੁਤ ਕਰਨਾ ਪੈਂਦਾ ਸੀ ਇੰਗਲੈਂਡ ਅਮੈਰੀਕਾ, ਕਿਉਂਕਿ ਹਰ ਮੁਲਕ ਦੇ ਵਿੱਚ ਉਹਨਾਂ ਦੇ ਸਤਸੰਗ ਘਰ ਆ ਅਤੇ ਉੱਥੇ ਵੀ ਇਹਨਾਂ ਨੂੰ ਸਤਸੰਗ ਕਰਨ ਜਾਣਾ ਪੈਂਦਾ ਸੀ। ਡਿਸੀਜਨ ਇਹ ਲਿਆ ਗਿਆ ਸੀ ਕਿ ਜਿਹੜੇ ਇੱਥੇ ਇੰਡੀਆ ਦੇ ਵਿੱਚ ਜਿਹੜੇ ਸਤਸੰਗ ਹੁੰਦੇ ਆ ਉਹ ਬਾਬਾ ਜੀ ਕਰਨਗੇ ਅਤੇ ਜਿਹੜੇ ਬਾਹਰਲੇ ਸਤਸੰਗ ਆ ਉਹਨਾਂ ਲਈ ਜਿਹੜਾ ਨਵਾਂ ਮੁਖੀ ਚੁਣੇ ਗਿਆ, ਬਾਕੀ ਬਾਬਾ ਜੀ ਗੁਰਿੰਦਰ ਜੀ ਢਿੱਲੋਂ ਜੀ। ਅੱਛਾ, ਹਜੇ ਮੁਖੀ ਉਹੀ ਨੇ, ਸੰਭਾਲਣਗੇ ਉਹੀ ਸਾਰਾ ਕੁਛ। ਹਾਂ, ਮੁਖੀ ਉਹੀ ਹੈ ਜੀ। ਧੰਨਵਾਦ ਕਰਦੇ ਹਾਂ ਤੁਹਾਡਾ ਬਹੁਤ, ਤੁਸੀਂ ਆਪਣਾ ਸਮਾਂ ਦਿੱਤਾ ਸਾਨੂੰ, ਦੱਸੀਆਂ ਉਹ ਗੱਲਾਂ ਜਿਹੜੇ ਲੋਕਾਂ ਦੇ ਦਿਲਾਂ ਦੇ ਵਿੱਚ ਸੀਗੀਆਂ, ਜਾਣਨਾ ਚਾਹੁੰਦੇ ਸੀਗੇ, ਕਿਉਂਕਿ ਅਜਿਹੀਆਂ ਗੱਲਾਂ ਉਹੀ ਦੱਸ ਸਕਦਾ ਜਿਹੜਾ ਬਹੁਤ ਵੱਡੇ ਪੱਧਰ 'ਤੇ ਜੁੜਿਆ ਹੋਵੇ ਜਾਂ ਜਾਣਦਾ ਹੋਵੇ ਇੰਡਸਟਰੀ ਨੂੰ, ਚਾਹੇ ਡੇਰੇ ਨੂੰ। ਇਹ ਪੰਜਾਬ ਦੇ ਅਹਿਮ ਮੁੱਦੇ ਸੀਗੇ, ਜਾਂਦੇ ਜਾਂਦੇ ਜਿਹੜਾ ਲੋਕਾਂ ਨੂੰ ਸੁਨੇਹਾ ਦੇਣਾ ਚਾਹੋ, ਫਿਲਮ ਰਿਲੀਜ਼ ਹੋਣ ਵਾਲੀ ਆ ਜਾਂ ਡੇਰੇ ਨੂੰ ਲੈ ਕੇ ਜਿਹੜਾ ਵਿਵਾਦ ਚੱਲ ਰਿਹਾ, ਲੋਕ ਆਪਣੇ ਆਪਣੇ ਵਿਚਾਰ ਦੇਣਾ ਸ਼ੁਰੂ ਕਰ ਦਿੰਦੇ ਆ, ਲੋਕਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਆ? ਮੇਰਾ ਇਹੀ ਸੁਨੇਹਾ ਕਿ ਅਮਨ ਸ਼ਾਂਤੀ ਬਣਾਈ ਰੱਖੋ। ਦੇਖੋ ਫਿਲਮ ਰਿਲੀਜ਼ ਹੁੰਦੀ ਆ ਅਤੇ ਉਹਦੇ ਵਿੱਚ ਸੈਂਸਰ ਬੋਰਡ ਨੇ ਜਿਹੜਾ ਉਹਨੂੰ ਚੈੱਕ ਕਰਕੇ ਫਿਰ ਰਿਲੀਜ਼ ਕੀਤਾ ਹੋਏਗਾ। ਦੇਖੋ ਕੋਈ ਦੰਗੇ ਨਾ ਭੜਕਾਓ, ਕੁਛ ਨਾ ਕਰੋ, ਪਹਿਲਾਂ ਫਿਲਮ ਵੇਖੋ ਕਿ ਫਿਲਮ ਦੇ ਵਿੱਚ ਹੈ ਕੀ ਆ। ਅਗਰ ਤੁਹਾਨੂੰ ਲੱਗਦਾ ਕਿ ਵਾਕਿਆ ਹੀ ਇਹਦੇ ਵਿੱਚ ਕੁਛ ਨਹੀਂ ਸਹੀ ਹੈਗਾ ਫਿਰ ਤੁਸੀਂ ਇੱਕ ਰੌਲਾ ਪਾ ਸਕਦੇ ਜੀ, ਲੇਕਿਨ ਅਮਨ ਸ਼ਾਂਤੀ ਬਣਾਈ ਰੱਖੋ ਮੇਰੇ ਖਿਆਲ ਨਾਲ। ਅਤੇ ਬਾਬਾ ਜੀ ਦੀ ਗੱਲ ਆ, ਬਾਬਾ ਜੀ ਉਹੀ ਆ, ਪੰਜਾਬ ਦੇ ਵਿੱਚ ਹਾਲਾਤ ਆ। ਮੈਂ ਮਾਨ ਸਾਹਿਬ ਨੂੰ ਸਾਡੇ ਮਾਨਯੋਗ ਮੰਤਰੀ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਪੰਜਾਬ ਦੇ ਲੱਖ ਹਾਲਾਤ ਜਿਹੜੇ ਹਾਲਾਤ ਆ ਉਹ ਸੁਧਾਰੂ, ਕਿਉਂਕਿ ਆਮ ਬੰਦਾ ਤਾਂ ਇੱਥੇ ਹੈ ਹੀ ਨਹੀਂ ਸੇਫ, ਖਾਸ ਕਰ ਬਿਜ਼ਨਸਮੈਨ ਨਹੀਂ ਸੇਫ ਹੈਗਾ ਅਤੇ ਹਿੰਦੂ ਲੀਡਰ ਤਾਂ ਬਿਲਕੁਲ ਸੇਫ ਨਹੀਂ ਹੈ। ਉਹਨਾਂ ਦੀਆਂ ਸਕਿਉਰਟੀਆਂ ਵੱਲ ਵੀ ਜ਼ਰਾ ਧਿਆਨ ਮਾਰੋ। ਬਸ ਲੋਕ ਫਿਰ ਤੁਸੀਂ ਸਵਾਲ ਇੱਕ ਨਵਾਂ ਖੜਾ ਕਰਤਾ, ਵੈਸੇ ਮੈਂਟ ਕਰਨਾ ਸੀਗਾ, ਲੋਕ ਕਹਿੰਦੇ ਕਰਦੇ ਸਿਕਿਉਰਟੀਆਂ ਲਈ ਗਲਤ ਬਿਆਨਬਾਜ਼ੀਆਂ ਕਰਤੀਆਂ। ਅਟਾਰੀ ਦੇ ਵਿੱਚ ਅਸੀਂ ਦੇਖਿਆ ਬੀਤੇ ਦਿਨੀ ਇੱਕ ਦੁਕਾਨਦਾਰ ਬੜਾ ਕਲਪਿਆ, ਉਹਨੂੰ ਫਲੋਤੀਆਂ ਆ ਰਹੀਆਂ ਸੀਗੀਆਂ ਅਤੇ ਹਿੰਦੂ ਜਥੇਬੰਦੀਆਂ ਕਹਿੰਦੇ ਕੁਝ ਜਦੋਂ ਕਰਦੀ ਜਾਣ ਕੇ ਜੀ। ਮੈਨੂੰ ਇਹ ਸਮਝ ਨਹੀਂ ਲੱਗਦੀ ਕਿ ਇੱਕ MLA ਇੱਕ ਮੁੱਖ ਮੰਤਰੀ ਦੇ ਨਾਲ 200-200 ਬੰਦਾ ਲਾ ਦੇਣਾ, 500-500 ਬੰਦਾ ਲਾ ਦੇਣਾ, 20-20 ਬੰਦੇ, 40-40 ਬੰਦੇ ਲਾ ਦੇਣੇ। ਦੇਖੋ ਦੋ ਬੰਦੇ ਕੋਈ ਜਿਹੜਾ ਦੋ ਬੰਦਿਆਂ ਨੇ ਕੰਮ ਕਰਨਾ ਉਹੀ 40 ਨੇ ਕਰਨਾ, ਕਿਉਂ ਇੰਨੀ ਨਹੀਂ ਸਿਕਿਉਰਟੀ ਦਿੱਤੀ ਹੋਈ ਹੈ ਲੋਕਾਂ ਨੂੰ? ਜਿਹਨੂੰ ਜ਼ਰੂਰਤ ਹੈ ਉਹਨੂੰ ਸਿਕਿਉਰਟੀ ਦਿਓ, ਜਿਹਨੂੰ ਨਹੀਂ ਜ਼ਰੂਰਤ ਉਹਦੀ ਵਾਪਸ ਲੈ ਲਓ, ਲੇਕਿਨ ਹਰ ਇੱਕ ਦਾ ਖਿਆਲ ਰੱਖੋ। ਦੇਖੋ ਇਹ ਉਦੋਂ ਹੁਣ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਸਾਰਿਆਂ ਦੀਆਂ ਸਿਕਿਉਰਟੀਆਂ ਵਿਦਰੋਅ ਕਰ ਲਈਆਂ ਹਿੰਦੂ ਲੀਡਰ ਨੇ। ਸੈਨਾ ਦੇਣੀ ਚਾਹੀਦੀ ਸਿਕਿਉਰਟੀ ਵੈਸੇ? ਨਹੀਂ, ਜਿਹੜੇ ਕੰਮ ਕਰਦੇ ਉਹਨਾਂ ਨੂੰ ਕੰਮ ਵੇਖਣ, ਕੰਮ ਵੀ ਕਰਦੇ ਕਿ ਘਰ ਬੈਠੇ ਆ? ਅਗਰ ਕਰਮ ਧਰਮ ਦਾ ਕੋਈ ਕੰਮ ਕਰਦੇ ਆ ਉਹਨਾਂ ਨੂੰ ਸਿਕਿਉਰਟੀਆਂ ਦੇਣ ਕਿ ਹਫ਼ਤੇ ਦੇ ਵਿੱਚ ਇਹ ਕਿੰਨੇ ਪ੍ਰੋਗਰਾਮ ਕਰਦੇ ਆ, ਪਿੰਡਾਂ ਥਾਵਾਂ 'ਤੇ ਜਾਂਦੇ ਆ ਜਾਂ ਕੋਈ ਪ੍ਰੋਗਰਾਮ ਕਰਦੇ ਵੀ ਆ, ਉਹਨਾਂ ਨੂੰ ਸਿਕਿਉਰਟੀਆਂ ਦੇਣ। ਅਗਰ ਗਨਮੈਨ ਲੈ ਕੇ ਘਰ ਹੀ ਬਹਿਣਾ ਫਿਰ ਕਿਉਂ? ਕਿਉਂ ਜਿਪਸੀਆਂ ਦਿੱਤੀਆਂ ਹੋਈਆਂ, ਕਿਉਂ ਗੱਡੀਆਂ ਦਿੱਤੀਆਂ ਹੋਈਆਂ? ਜਿਹਨੂੰ ਲੋੜ ਆ ਉਹਨੂੰ ਦਿਓ। ਅਸੀਂ ਹੁਣ ਹਫ਼ਤੇ ਦੇ ਵਿੱਚ ਸਾਡੇ 3 ਪ੍ਰੋਗਰਾਮ ਹੁੰਦੇ ਆ, ਜਿਹੜਾ ਵੀ ਪ੍ਰੋਗਰਾਮ ਹੁੰਦਾ ਉੱਥੇ 200-400 ਦਾ ਇਕੱਠ ਹੁੰਦਾ, ਮੈਂ ਤੁਹਾਨੂੰ ਔਰ ਰਿਕਾਰਡ ਦੱਸ ਸਕਦਾ, ਠੀਕ ਆ? ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਦਿਓ, ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਦਿਓ, ਜਿਹੜੇ ਘਰਾਂ 'ਚ ਬੈਠੇ ਆ ਉਹਨਾਂ ਨੂੰ ਕਿਉਂ ਦਿੱਤੀਆਂ ਘਰਾਂ 'ਚ ਰਹਿਣ ਨੂੰ? ਬਿਲਕੁਲ ਇਹ ਵੇਖਣਾ ਚਾਹੀਦਾ ਮਾਨ ਸਾਹਿਬ ਨੂੰ। ਧੰਨਵਾਦ।
ਸੋ ਇਹ ਸਨ ਸੰਤੋਖ ਸਿੰਘ ਗਿੱਲ, ਜਿਨ੍ਹਾਂ ਦੇ ਨਾਲ ਅਸੀਂ ਡੂੰਘੀ ਚਰਚਾ ਕੀਤੀ ਹੈ, ਚਾਹੇ ਉਹ ਪੰਜਾਬ ਦੇ ਕੁਛ ਅਹਿਮ ਮੁੱਦੇ ਸੀਗੇ, ਚਾਹੇ ਉਹ ਇੰਡਸਟਰੀ ਨੂੰ ਲੈ ਕੇ ਜੁੜੇ ਹੋਏ ਮੁੱਦੇ ਸੀਗੇ, ਉਹਨਾਂ ਨੇ ਆਪਣੀ ਜਿਹੜੀ ਰਾਏ ਦਿੱਤੀ ਹੈ ਅਤੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਅਮਨ ਸ਼ਾਂਤੀ ਬਣਾਈ ਰੱਖੀਏ। ਅਸੀਂ ਦੇਖੀਏ ਕਿ ਫਿਲਮ ਰਿਲੀਜ਼ ਹੋਣ 'ਤੇ ਕੀ ਹੁਣ ਹੁੰਦਾ, ਕੀ ਉਹਦੇ ਵਿੱਚ ਦਰਸਾਇਆ ਜਾਂਦਾ। ਸੋ ਤੁਸੀਂ ਦੇਖ ਲਓ ਸਿਟੀ ਹੈੱਡਲਾਈਨਸ, ਮੈਂ ਦਾਨਿਸ਼ ਕੈਮਰਾਮੈਨ ਸੁਜਲ ਸੋਨੀ ਨਾਲ, ਧੰਨਵਾਦ ਜੀ।